तेरी यार मता दा दर सदा खुला कोई दर ते आएता सही चोली रे मता ना सब दी परी जाने कोई आण के दामन फुलाएता सही पूरा घर अजमैश विच उतरदा है कोई आड़ के तैनू अजमायता सही सारे सौर दे काज गुरु खालसा जी कोई मन नू इत्थे टिकायता सही कोई मन डंडोत बंदनी अणख मार सर्व कला समरथ डोलन तीरा खो प्रभु नानक दे कर हाथ तेरे नूर नाल ही नजर पासदा खिड़ियार फुल जीवन हुलासदा खिड़ियार फुल जीवन हुलासदा ओ तैनू वांडियो दी नित साडी शैली रे मैं क तेरे प्यार दी मनज फैली रे मैं क तेरे प्यार दी मनज फैली रे तेरे नूर नाल ही नजर पासदा खिड़ियार फुल जीवन हुलासदा खिड़ियार फुल जीवन हुलासदा ओ तैनू नित साडी शैली रे मैं क तेरे प्यार दी मनज फैली रे मैं क तेरे प्यार दी मनज फैली रे तेरे च समाए रहना मेरी सदर तेरे प्यार सद काता साडी कदर है तेरे प्यार सद काता साडी कदर है ओ विसरी वसारी ना कोई बात पहली रे मैं क तेरे प्यार दी दिला च फैली रे मैं क तेरे प्यार दी मना च फैली रे धरती ते पैर ना असद लग दे तेरी ही कुमारी नाल नैण तक दे धरती ते पैर ना असद लग दे धरती ते पैर ना असद लग दे ओ ज्ञान ते सुरूर नाल परी थैली रे मैं क तेरे प्यार दी मनज फैली रे मैं क तेरे प्यार दी मनज फैली रे चुम्मिए चरण
ਫੁੱਲਨੂੰ ਮਧੂ ਮੱਖੀ ਚੂਸੇ ਜੋ ਗੁਲਾਬੀ ਫੁੱਲ ਨੂੰ ਦਾਤਾ ਮਧੂ ਮੱਖੀ ਚੂਸੇ ਜੋ ਗੁਲਾਬੀ ਫੁੱਲ ਨੂੰ ਵੇਖ ਮੱਕ ਰੰਗ ਜੀਵੀ ਜ਼ਿਆਦਾ ਮੇਲੀ ਰੇ ਮੈਕ ਤੇਰੇ ਪਿਆਰ ਦੀ ਮਨਾਂ ਚ ਫੈਲੀ ਰੇ ਮੈਕ ਤੇਰੇ ਪਿਆਰ ਦੀ ਮਨਾਂ ਚ ਫੈਲੀ ਰੇ ਐਸਾ ਤੇਰੇ ਮੋਦਾ ਖੁਮਾਰ ਸੋਹਣਿਆ ਐਸਾ ਤੇਰੇ ਮੋਦਾ ਖੁਮਾਰ ਸੋਹਣਿਆ ਜਿੱਥੇ ਵੇਖਾਂ ਤੇਰਾ ਹੀ ਸ਼ੁਮਾਰ ਸੋਹਣਿਆ ਜਿੱਥੇ ਵੇਖਾਂ ਤੇਰਾ ਹੀ ਸ਼ੁਮਾਰ ਸੋਹਣਿਆ ਹੋ ਤੈਥੋਂ ਦਾਤਾ ਮੰਗਣੇ ਦੀ ਨੇਤਰੇਲੀ ਰੇ ਮੈਂ ਤੇਰੇ ਪਿਆਰ ਦੀ ਮਨਾਂ ਚ ਫੈਲੀ ਰੇ ਮੈਂ ਤੇਰੇ ਪਿਆਰ ਦੀ ਮਨਾਂ ਚ ਫੈਲੀ ਰੇ ਜਲ ਤੇ ਤਿਰੰਗ ਜਲ ਤੇ ਤਿਰੰਗ ਚਾਂਦਨੀ ਤੇ ਚੰਦ ਜੋ ਅੰਗ ਅੰਗ ਨੱਚੇ ਨੂਰ ਦਾ ਆਨੰਦ ਜੋ ਅੰਗ ਅੰਗ ਨੱਚੇ ਨੂਰ ਦਾ ਆਨੰਦ ਜੋ ਹੋ ਬੈਂਕਾ ਨਹੀਂ ਫਾਰੇ ਜਾਜੇ ਅਨਗਲੀ ਰੇ ਮੈਂ ਤੇਰੇ ਪਿਆਰ ਦੀ ਮਨਾਂ ਚ ਫੈਲੀ ਰੇ ਮੈਂ ਤੇਰੇ ਪਿਆਰ ਦੀ ਮਨਾਂ ਚ ਫੈਲੀ ਰੇ ਖੰਡਾ ਪ੍ਰਥਮ ਹੈ ਸਾਜ ਕੈ ਜਿਨ ਸਭ ਸੇ ਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ ਤੈਂ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿਸ ਰਕਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿੰਨੀ ਤਨ ਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਐਸੇ ਤਖਤਾਂ ਤਾਜਾਂ ਦੇ ਮਾਲਕ ਹਾਜ਼ਰ ਨਾਜ਼ਰ ਸਮਰੱਥ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਅਗੰਮੀ ਸ਼ਕਤੀਆਂ ਦੇ ਮਾਲਕ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਵਾਂਝੀ ਨਾ ਰਹਿ ਸਭ ਮਾਈ ਭਾਈ ਫਤਿਹ ਦੇ ਸਿਮਰਨ ਨਾਲ ਜੁੜੋ ਔਰ ਉਸ ਸਿਮਰਨ ਦੇ ਮਿਲੇ ਬਲ ਵਿੱਚੋਂ ਦਾਸਰਿਆਂ ਨੂੰ ਕੁਝ ਬੋਲਣ ਦਾ ਬਲ ਬਖਸ਼ ਕਰੋ ਪਿਆਰ ਸਾਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਦੀ ਬਾਣੀ ਦਾ ਫਰਮਾਨ ਹੈ ਨਹਿ ਸੀਤਲੰਗ ਚੰਦਰ ਦੇਵ ਹੈ ਨਹਿ ਸੀਤਲੰਗ ਬਾਵਨ ਚੰਦਨ ਹੈ ਵਾਹਿਗੁਰੂ ਨਹਿ ਸੀਤਲੰਗ ਸੀਤ ਰੁਤੇਣ ਨਾਨਕ ਸੀਤਲੰਗ ਸਾਧ ਸਵਜਨ ਚੰਦਰਮਾ ਉੱਤੇ ਅੱਤ ਦੀ ਠੰਡ ਹੁੰਦੀ ਆ ਬਾਵਨ ਚੰਦਨ ਭਾਵ ਚਿੱਟਾ ਚੰਦਨ ਉਹ ਵੀ ਬੜਾ ਠੰਡਾ ਦਰਖਤ ਮੰਨਿਆ ਗਿਆ ਸਰਦੀ ਦੀ ਰੁੱਤ ਜਦੋਂ ਪੋਹ ਮਾਘ ਦੇ ਦਿਨ ਆਉਂਦੇ ਆ ਅੱਤ ਦਾ ਪਾਲਾ ਅੱਤ ਦਾ ਕੱਕਰ ਪੈ ਰਿਹਾ ਹੋਵੇ ਸਾਹਿਬ ਕਹਿੰਦੇ ਨਾ ਤੇ ਚੰਦਰਮਾ ਨੇ ਉਹਦੀ ਠੰਡ ਨੇ ਤੈਨੂੰ ਠੰਡਿਆ ਕਰਨਾ ਹੀ ਨਾ ਬਾਵਨ ਚੰਦਨ ਨੇ ਸੜਦੇ ਤਪਦੇ ਮਨ ਨੂੰ ਠੰਡਿਆ ਕਰਨਾ ਹੀ ਨਾ ਸਰਦੀ ਦੀ ਰੁੱਤ ਦੇ ਇਹ ਰਿੱਝ ਦੇ ਮਨ ਨੂੰ ਠੰਡਿਆ ਕਰਨਾ ਨਾਨਕ ਸੀਤਲੰਗ ਸਾਧ ਸਵਜਨ ਜੋ ਕਿਸੇ ਰੱਬ ਦੇ ਪਿਆਰੇ ਦੇ ਕੋਲ ਬਹਿ ਕੇ ਠੰਡ ਪ੍ਰਾਪਤ ਹੁੰਦੀ ਆ ਭਾਵ ਜੋ ਸਾਨੂੰ ਸਤ ਸੰਗਤ ਵਿੱਚੋਂ ਠੰਡ ਮਿਲਦੀ ਹੈ ਨਾ ਹੋਰ ਕਿਤੇ ਨਹੀਂ ਮਿਲਦੀ ਮੈਂ ਤੁਹਾਡੇ ਤੇ ਆਪਣੇ ਭਾਗ ਸਵੱਲੇ ਸਮਝਦਾ
ਜਿਨ੍ਹਾਂ ਨੂੰ ਘੋਲ ਕਲਯੁਗ ਦੇ ਭਿਆਨਕ ਸਮੇਂ ਅੰਦਰ ਇਹ ਸੰਗਤ ਦੀਆਂ ਸਭਾ ਘੜੀਆਂ ਦਾ ਸਮਾਂ ਪ੍ਰਾਪਤ ਹੋਇਆ। ਸ੍ਰੀ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਇਮਾਰਤ ਅੱਜ ਸੰਗਤਾਂ ਦੇ ਕਿਤਨਾ ਚਾਲ ਹੀ ਝੱਲੇ ਜਾਣ ਰਹੇ। ਗੁਰੂ ਕਿਰਪਾ ਕਰੇ, ਮੈਂ ਕਿਹਾ ਵੀ ਸਮਾਂ ਜ਼ਿਆਦਾ ਹੋ ਗਿਆ, ਸੰਗਤਾਂ ਨੇ ਉੱਠ ਕੇ ਚਲੇ ਜਾਣਾ ਹੁੰਦਾ, ਸੰਗਤਾਂ ਅੱਜ ਸਾਰੀ ਰਾਤ ਨਹੀਂ ਸੌਣੀਆਂ। ਗੁਰੂ ਕਿਰਪਾ ਕਰੇ, ਕਿਉਂਕਿ ਚਾਹ ਹੀ ਇੰਨਾ ਆਪ ਜੀ ਨੂੰ, ਕਿੱਡੀ ਸੁੰਦਰ ਇਮਾਰਤ ਵੇਖ ਕੇ ਮਨ ਗਦਗਦ ਹੋ ਜਾਂਦਾ। ਗੁਰੂ ਕਿਰਪਾ ਕਰੇ, ਸੰਤ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਬਚਨ ਕਿਹਾ ਕਰਦੇ ਸੀ, ਜਿੰਨੇ ਬੋੜ ਦੇ ਰੁੱਖ ਨੂੰ ਪੱਤੇ ਲੱਗੇ ਹੁੰਦੇ ਹਨ, ਇੰਨੇ ਚੰਗੇ ਕਰਮ ਕੀਤੇ ਹੋਣ ਅਤੇ ਇਹ ਮਨੁੱਖਾ ਦੇਹੀ ਮਿਲਦੀ ਆ, ਅਤੇ ਉਹ ਬੋੜ ਦੇ ਰੁੱਖ ਨੂੰ ਜਿੰਨੀਆਂ ਗੋਲਾਂ ਲੱਗੀਆਂ ਹੁੰਦੀਆਂ ਨਾ, ਇੰਨੇ ਚੰਗੇ ਕਰਮ ਕੀਤੇ ਹੋਣ ਅਤੇ ਫਿਰ ਇਹ ਸਿੱਖਾਂ ਦੇ ਘਰ ਦਾ ਜਨਮ ਮਿਲਦਾ, ਸਿੱਖਾਂ ਦੇ ਘਰ ਦਾ ਇੱਕ ਤਾਂ ਐਵੇਂ ਮਿਲ ਜਾਂਦਾ। ਮੈਂ ਸਨਾਮ ਇਲਾਕੇ 'ਚ ਪ੍ਰਚਾਰ ਕਰਨ ਗਿਆ ਅਤੇ ਮੈਨੂੰ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਇੱਕ ਬਚਨ ਸੁਣਾਉਣ, ਕਹਿੰਦੇ ਗਿਆਨੀ ਜੀ ਅਸੀਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਗਏ, ਅਸੀਂ ਦਰਸ਼ਨ ਕਰਕੇ ਸਰੋਵਰ ਦੀਆਂ ਪਰਿਕਰਮਾ ਕਰ ਰਹੇ ਸਾਂ ਅਤੇ ਚੱਲਦਿਆਂ ਚੱਲਦਿਆਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਬੇਰੀ ਦੇ ਕੋਲ ਆਏ ਨਾ, ਇੱਕ ਨੌਜਵਾਨ ਕਲੀਨ ਸ਼ੇਪ ਉਹਨੇ ਸਾਡੇ ਪੰਜਾਂ ਦੇ ਆ ਕੇ ਪੈਰਾਂ 'ਤੇ ਮੱਥਾ ਟੇਕਤਾ। ਅਸੀਂ ਉਹਨੂੰ ਵਰਦਿਆ, ਉਹ ਮੱਥਾ ਸਰੀਰਾਂ ਨੂੰ ਟੇਕੀਦਾ ਹੁੰਦਾ, ਮੱਥਾ ਗੁਰੂ ਸਾਹਿਬ ਨੂੰ ਟੇਕੀਦਾ ਹੁੰਦਾ, ਉਹ ਇੱਕਦਮ ਪਿਛਾਂਹ ਹਟ ਕੇ ਅਤੇ ਉੱਚੀ ਉੱਚੀ ਰੋਣ ਲੱਗ ਪਿਆ। ਬੋਲੀ ਉਹਦੀ ਕੋਈ ਜਾਣਦਾ ਨਹੀਂ ਸੀ, ਉਹ ਤਾਮਿਲਨਾਡੂ ਦੇ ਰਹਿਣ ਵਾਲਾ ਸੀ। ਸੰਗਤ ਉੱਥੇ ਇਕੱਠੀ ਹੋ ਗਈ, ਇੱਕ ਸਿੱਖ ਬੜਾ ਪੜ੍ਹਿਆ ਲਿਖਿਆ ਨੌਜਵਾਨ, ਉਹਨੇ ਉਹਨੂੰ ਪੁੱਛਿਆ, ਓਏ ਤੈਨੂੰ ਇਹਨਾਂ ਸਿੰਘਾਂ ਨੇ ਕੁਝ ਆਖਿਆ? ਉਹਨੇ ਆਖਿਆ, ਨਹੀਂ ਇਹਨਾਂ ਸਿੰਘਾਂ ਨੇ ਮੈਨੂੰ ਕੁਝ ਨਹੀਂ ਆਖਿਆ, ਇਹਨਾਂ ਦੇ ਸੁੰਦਰ ਦਾੜੇ, ਇਹਨਾਂ ਦੇ ਸੁੰਦਰ ਚੋਲੇ, ਸੁੰਦਰ ਦਮਾਲੇ, ਗਲਾਂ ਵਿੱਚ ਸ੍ਰੀ ਸਾਹਿਬਾਂ, ਇਹ ਸਿੰਘ ਮੈਨੂੰ ਪਿਆਰੇ ਬੜੇ ਲੱਗਦੇ ਸੀ, ਮੈਂ ਤਾਂ ਇਹਨਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਸੀ। ਸਤਿ ਸ੍ਰੀ ਅਕਾਲ। ਉਹਨੇ ਆਖਿਆ, ਫਿਰ ਤੂੰ ਰੋਨਾ ਕਿਉਂ ਆ? ਆਂਦਾ, ਮੈਂ ਰੋਨਾ ਤਾਂ ਵਾਂ ਵੀ ਧੰਨ ਗੁਰੂ ਰਾਮਦਾਸ ਸੱਚਿਆ ਪਾਤਸ਼ਾਹ, ਤੂੰ ਮੈਨੂੰ ਸਿੱਖਾਂ ਦੇ ਘਰ ਦਾ ਜਨਮ ਕਿਉਂ ਨਹੀਂ ਦਿੱਤਾ? ਤੇ ਮਹਾਂਪੁਰਸ਼ ਕਿਹਾ ਕਰਦੇ ਸੀ, ਜਿੰਨੇ ਬੋੜ ਦੇ ਗੁਲ ਰੁੱਖ ਨੂੰ ਗੋਲਾਂ ਲੱਗੀਆਂ ਹੋਣ, ਇੰਨੇ ਚੰਗੇ ਕਰਮ ਕੀਤੇ ਹੋਣ ਅਤੇ ਸਿੱਖਾਂ ਦੇ ਘਰ ਦਾ ਜਨਮ ਮਿਲਦਾ, ਅਤੇ ਉਹਨਾਂ ਗੋਲਾਂ ਦੇ ਵਿੱਚ ਜਿੰਨੇ ਬੀਜ ਹੁੰਦੇ ਹਨ, ਉਹਨਾਂ ਬੀਆਂ ਦੀ ਗਿਣਤੀ ਕਰ ਲਓ, ਇੰਨੇ ਮਨੁੱਖ ਨੇ ਪੁਰਬਲੇ ਕਰਮ ਕੀਤੇ ਹੋਣ ਅਤੇ ਫਿਰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਗੁਰੂ ਕਿਰਪਾ ਕਰੇ, ਇੱਕ ਬੜਾ ਪਿਆਰਾ ਬਚਨ ਕਿਹਾ ਕਰਦੇ ਸੀ, ਆ ਜਿਨ੍ਹਾਂ ਨੇ ਇਸ ਸੁੰਦਰ ਇਮਾਰਤ ਉੱਤੇ ਆਪਣੀ ਦਸਾਂ ਨੌਵਾਂ ਦੀ ਕਮਾਈ ਕਿਰਤ ਕਰਕੇ ਜੋ ਇੱਥੇ ਹਿੱਸਾ ਪਾਇਆ, ਜਿਨ੍ਹਾਂ ਨੇ ਸਿਰ 'ਤੇ ਟੋਕਰੀ ਢੋ ਕੇ ਇਹ ਲੈਂਟਰ ਪਾਏ ਆ, ਜਿਨ੍ਹਾਂ ਨੇ ਤਨ ਮਨ ਦੇ ਨਾਲ ਸੇਵਾ ਕੀਤੀ ਆ, ਮੇਰਾ ਪਾਤਸ਼ਾਹ ਤੁਹਾਡਾ ਇੱਕ ਇੱਕ ਚੱਲਿਆ ਕਦਮ 'ਤੇ, ਇੱਕ ਇੱਕ ਪੈਸਾ ਸਤਿਗੁਰੂ ਤੁਹਾਡਾ ਲੇਖੇ ਵਿੱਚ ਲਾਏ। ਮਹਾਂਪੁਰਸ਼ ਬਚਨ ਕਿਹਾ ਕਰਦੇ ਸੀ, ਜਿਨ੍ਹਾਂ ਖੂਹਾਂ ਦੇ ਵਿੱਚੋਂ ਪਾਣੀ ਨਿਕਲਦਾ ਰਹੇ ਨਾ, ਉਹਨਾਂ ਖੂਹਾਂ ਦੇ ਵਿੱਚ ਕਦੀ ਕਿਰਮ ਨਹੀਂ ਪੈਂਦੇ, ਉਹਨਾਂ ਖੂਹਾਂ ਦੇ ਵਿੱਚ ਕਦੀ ਜਾਲਾ ਨਹੀਂ ਪੈਂਦਾ, ਉਹਨਾਂ ਖੂਹਾਂ ਦਾ ਪਾਣੀ ਸਵੱਛ ਅਤੇ ਸਾਫ਼ ਰਹਿੰਦਾ, ਜਿਹੜੇ ਨੇਕ ਕਮਾਈ ਦਾ ਦਸਵੰਧ ਕੱਢ ਕੇ ਏਡੇ ਏਡੇ ਮਹਾਨ ਕਾਰਜ ਕਰਦੇ ਆ। ਤੋ ਗੁਰੂ ਕਿਰਪਾ ਕਰੇ, ਇਹ ਮਹਾਰਾਜ ਦੇ ਬਚਨ ਵੀ ਆ, ਦਸ ਨਵ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਧਨ ਕਰ ਮੈਂ ਆਵੇ, ਤਿਸ ਤੇ ਗੁਰ ਦਸਵੰਧ ਜੋ ਦੇਈ, ਸਿੱਖ ਵੋ ਜਸ ਵੋ ਜਗ ਮੈਂ ਲਈ। ਉਹਦਾ ਫਿਰ ਦੁਨੀਆਂ ਵਿੱਚ ਜਸ ਹੋਏਗਾ ਜਿਹੜਾ ਨੇਕ ਕਮਾਈ ਦਾ ਦਸਵੰਧ ਕੱਢ ਕੇ ਚੰਗੇ ਕਾਰਜਾਂ 'ਤੇ ਲਾਏਗਾ। ਅਤੇ ਮਹਾਰਾਜ ਦੇ ਇਹ ਵੀ ਬਚਨ ਆਉਂਦੇ ਹਨ, ਦਸਵੰਧ ਗੁਰੂ ਨਾ ਦੇਵਈ, ਝੂਠ ਬੋਲ ਜੋ ਖਾਏ, ਕਹੇ ਗੋਬਿੰਦ ਸਿੰਘ ਲਾਲ ਜੀ ਤਿਸਕਾ ਨਾਮ ਵਸਾਓ। ਮਹਾਰਾਜ ਕਹਿੰਦੇ ਉਹਦਾ ਵਸਾ ਨਾ ਕਰਿਓ ਜਿਹੜਾ ਨੇਕ ਕਮਾਈ ਦਾ ਦਸਵੰਧ ਨਹੀਂ ਕੱਢਦਾ, ਉਹ ਗੁਰੂ ਕੀ ਗੋਲਕ ਦਾ ਚੋਰ ਹੈ। ਤੋ ਜਿਨ੍ਹਾਂ ਇਸ ਮਹਾਨ ਕਾਰਜ ਆਪਣੀ ਸੇਵਾ ਸਫਲੀ ਕੀਤੀ, ਮੇਰਾ ਪਾਤਸ਼ਾਹ ਤੁਹਾਡੇ ਬੱਚਿਆਂ ਨੂੰ ਇਹ ਨਸ਼ੇ ਦੀ ਅਲਾਮਤ ਤੋਂ ਬਚਾਏ, ਅਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਖੰਡੇ ਬਾਟੇ ਦਾ ਨਾਮ ਉਹ ਅੰਮ੍ਰਿਤ ਛੱਕ ਕੇ ਪੰਥ ਦਾ ਨਾਮ ਰੋਸ਼ਨ ਕਰਨ। ਆਓ ਗੁਰੂ ਕਿਰਪਾ ਕਰੇ,
मैं तुहाडी सेवा विच साहिब गुरु गोबिंद सिंह महाराज का प्रसंग किस तरह महाराज जी का परिवार विछोड़ा पिया और किस तरह उन्हां दे साहिबजादे महाराज दे नालों विछड़े और मतावां किधर नूं गईआं उह सारा सीन कहण दा मैं निमाणा यतन करूँगा। आसीस दिओ कुछ कह सकीए। धन गुरु कलगीधर पातशाह महाराज जी का परिवार सरसा के कंढे ते तिना हिस्सों च वंडिया गया। वड्डे साहिबजादे 40 सिंह सरसा नूं पार कर गए। छोटे साहिबजादे ते माता गुजरी जी उन्हां नूं गंगू अपने पिंड खेड़ी च लै गया। जिहदे प्रथा इतिहासक बचन आउंदे हन, हुतो मसंद नीच एक पापी, बिपर बंस चंडाल सो थापी, रोपड़ ते वो राह भलाई, निजपुर को लै गयो कसाई, साहिबजादे दो कुमार, तीजे दादी साथ नहार। वाहेगुरु। साहिबजादे ते माता गुजरी जी नूं गंगू अपने पिंड खेड़ी च लै गया। माता सुंदरी जी और माता साहब देवा इन्हां नूं भाई मनी सिंह जी दिल्ली नूं लै के आ गए। सियाणे बजुर्ग बैठे आ, कोई साढ़े ते बंदा सवाल करन दा भी दिल्ली ते दुश्मन औरंगजेब दा घर आ, उत्थे बंदा किस तरह महफूज रह सकदा। ते सिखो साडे कोल जवाब इको ही है कि जिहड़ा भाई मनी सिंह सी ना उहदे दिल्ली सहुरे सी लखी शाह वनजारा, जिन्हें गुरु तेग बहादुर महाराज के धड़ का संस्कार किया सी, वह भाई मनी सिंह का सहुरा सी। ते दिल्ली का बहुत वड्डा ठेकेदार सी, उहदी दरबार तक पहुँच सी, कोई सरकारी कर्मचारी उहनूं रोक नहीं सी सकदा। वाहेगुरु। ते नाले सहुरे परिवार च रहना ते ओतरा भी किसी नूं ओपरा नहीं सी लगदा। भली भाई मनी सिंह ने बड़ी ही सुगड़ता तो कम लिया। छे ते सत पोह दी विचली रात नूं साहिब गुरु गोबिंद सिंह ने आनंदपुर दा किला छड्या सी। अज मतावां नूं सतगुर दे नालों विछड़िया नूं 11 महीने हो गए। 11 ते विछोड़े दी ते एक घड़ी जिहड़ी आ ना ओह वरिया वर्गी लगदी, वरिया वर्गी। मैं वेख्या जिन्हां मावां दे पुत परदेसां विच आ, जिन्हां भैणां दे वीर दूर जौपां करदे आ, और जिन्हां मतावां दे बच्चे जालम सरकार ने को को के मारे, विछोड़े दा दुख ओह दस सकदी आ। मैं यूके एक घर विच गया ते आंदा ज्ञानी जी जदों प्रशादा छकिया आंदा अरदास ये करियो, मैनू जदों मैं पंजाब तो तुरिया सा मैनू मेरी उदों बच्ची 5 वरियां दी सी, हुण उह 18 वरियां दी हो गई आ, मैनू 13 वरे घर छड्डे नूं हो गए आ। कोई गुरु दे चरना च अरदास कर दिओ, मैनू पक्के पेपर मिलण ते मैं अपने परिवार नूं जाके मिला। विछोड़े दी घड़ी जिहड़ी उह बड़ी औखी निकलदी आ। माता साहिब कौर जिहड़ी गुरु गोबिंद सिंह दे दर्शन करन तों बिना कदे जल पाणी सी छकिया करदी, पर अज 11 महीने सतगुर दे नाल विछड़िया हो गया। भाई मनी सिंह नूं मतावां कह रही आ, भाई मनी सिंह जी तुसीं बहुत भगती वाले जे, बड़ी बंदगी वाले जे, जिस तरह ब्रह्म ज्ञानी बाबा बुढ़ा साहब जी ने धन गुरु अमरदास महाराज नूं सन साहब विचों लभ लिया सी ना, तुसीं भी उस अवस्था के मालक हो। अंतर ध्यान होके वेखो भी इस वेले कलगियां वाला पातशाह कित्थे आ ते साडा मिलाप उन्हां दे नाल कदों होएगा। मतावां भरी भाई मनी सिंह नूं की कह रही हैं, जरा सुनिए भाई। मालक सी तख्तां दे कुदरत की वरता ते पाणे कोई समझ ना आउंदी ऐ, आप दिया आप वदाता जाणे। एक बार मना देवो मेरे सच्चे माही मिलने कदों दोबारा। मालक सी तख्ता दे कुदरत की वरता ते पाणे कोई समझ ना आउंदी ऐ, आप दिया आप वदाता जाने। एक बार मला देवो मेरे सच्चे कोई समझ नहीं हो
माही मिलने कदो दुबारा किथिल को दी हो कोलता दोयन मुले हीरे केड़े जुगदा वैर लिया निसा तो तू ततिये तकदीरे केड़े जुगदा वैर लिया निसा तो तू ततिये तकदीरे विछड़ के तुरे जदो मेरे सीने फिर गया आरा कोई समझ ना आउंदी है माही मिलने कदो दुबारा दुनिया दे सुख बदले माही तन ते कष्ट उठाए दुनिया दे सुख बदले माही तन ते कष्ट उठाए दुश्मन दा जोर बड़ा मन नो चिंता वट वट खावे हाथ तो के मगर पिया उरंगा बेकंदा हथियारा कोई समझ नहीं आउंदी है माही मिलने कदो तुम्हारा किसे गुप्त जगा दा जे सानू दस गे हुण टिकाणा कुछ सोच मनी सिंगा माही अगे किधर नू जाना कुछ सोच मनी सिंगा माही अगे किधर नू जाना कोई खबर लिया दी वो सानू छेती कोई हलकारा कोई समझ नहीं आउंदी है माही मिलने कदो दुबारा कौन वटे जेरे नू कार वटे जेरे नू मन ले सब कोरे माही दे दर्श बिना तू ते खांदी नहीं सखाना हो माही दे दर्श बिना तू ते खांदी नहीं सखाना माही मिलने कदो दुबारा अंदर होने छोटा नू कदे ता सुन मेरा दसाई बिर होने छोटा नू कदे ता सुन मेरा दसाई ए दिल दी सांझ जड़ी मेल दू दो दिला दे संत गुरु दियां जादां नू लिखदा रहूं गुरु नाम विचारा कोई समझ ना आउंदी है माही मिलने कदो दुबारा कोई समझ ना आउंदी है माही मिलने कदो दुबारा ਧਰ ਪਾਤਸ਼ਾਹ ਮਹਾਰਾਜ ਚਮਕੌਰ ਦੀ ਜੰਗ ਜਿੱਤ ਕੇ ਮਾਛੀਵਾੜੇ ਦੇ ਕੌਤਕ ਕਰਦੇ ਹੋਏ ਮੁਕਤਸਰ ਸਾਹਿਬ ਵਿੱਚ ਵੱਡੀ ਦੁਸ਼ਮਣਾਂ ਨੂੰ ਹਾਰ ਦੇ ਕੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਵਾਹਿਗੁਰੂ ਭਾਈ ਮਨੀ ਸਿੰਘ ਵੀ ਮਤਾਵਾਂ ਨੂੰ ਲੈ ਕੇ ਅਤੇ ਦਮਦਮਾ ਸਾਹਿਬ ਪਹੁੰਚ ਗਏ ਭਾਵੇਂ ਮਤਾਵਾਂ ਨੂੰ ਪਤਾ ਲੱਗ ਚੁੱਕਾ ਸੀ ਵੀ ਸਾਡੇ ਬੱਚੇ ਸ਼ਹੀਦ ਹੋ ਚੁੱਕੇ ਆ
संगत वेख के मां की ममता जाग पी ते गुरु साहब नू पूछ लिया महाराज जी दो साहबजादे तुहाडे ऐस बन्ने खलोते हुंदे सी दो ऐस बन्ने खलोते हुंदे सी अज चौहां दे विच्चों एक भी नजर नहीं आउंदा साडे पुत किथे आ वाहिगुरु ते गुरु साहब ने फिर साडे वल्ले उंगल करके आख्या सी इन पुत्रन के सीस पे मैं वार दिए सुत चार 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 मुआ तो क्या हुआ जीवत लाख हजार वाह आ जेड़े बैठे मेरे जीते जजार ए मेरे जोरावर ते फतेह सिंह सच है गुरु कृपा करे तुहाडे ते इत्थे शहर च कृपा वा जदों मैं किते फलौर तो नकोदर साइड जलंधर नू जाना ना तुहानू कन्ना च मुरकियां वाले बड़े मिलणगे तमाकू नाल दंद खाते बहुत मिलणगे सिरां ते टोपियां वाले बड़े मिल जाणगे पर जेड़ी पग वा ओह किसे विरले दे सिर ते रह गई है सच है भाई जदों भैणों मैं पंजाब दी धरती ते तिन्ना तिन्ना सालां दे बच्चे मावां दीआं गोदियां च सिर मुन्ने वेना ना ते मैनू बड़ा हरख आउंदा भी तीन साल का बच्चा कोई भी अपनी मां नूं इह नहीं आंदा भी मैनू नाई को लैके चल ये पाप ते असीं आप कर दीआं ना ते भाई गुरदास जी कहिंदे जे मां पुत्ते विसदे तिसते कौन प्यारा जे मां ही पुत नूं यार देवेगी ते बचाऊगा कौन जे वाड़ी खेत नूं खाण लग पी ते फसल दा राखा कौन बनेगा इन्हां ते सिखी दी लोरी दे के अपने बच्चों नूं कलगी धर पातशाह महाराज दे सिंह सजाउणा सी भाई तारू सिंह दे भरा बनाउणा सी इह ते सुख ना आप इधर तुर पईआं दस दस ब्यूटी पार्लर एक एक पिंड च खुल गया किधर जाएगी सिखी पर कलगी धर पातशाह महाराज जी ने सारा सरबंस निशावर करके ते सिखी दा शानदार बूटा लाया सी एक बार कलगी धर पातशाह महाराज सन केसी शनान करके ना बचन प्यार ना सुनियो सन केसी शनान करके ते फुल्लां दी फुलवाड़ी च बह के महाराज अपने केस हरे कर रहे सन भाई नंद लाल ने आके नमस्कार की महाराज ने अपना चेहरा दूजे पासे कर लिया नंद लाल ने फिर अगले बन्ने होके नमस्कार की महाराज ने अपना चेहरा तीजे पासे कर लिया जिधर गुरु साहब का चेहरा सी वो भार वाली बाई सी ते जिधर भाई नंद लाल जी खलोते सी वो दखन वाली बाई सी जदों महाराज जी ने अपने केसां विच हथ पा के केस तां हवा दे विच लराए ना ते भाई नंद लाल ने जमीन उत्ते जोर नाल लत मारी जदों लत मारी ते मर ने चेहरा नंद लाल वल्ले कर लिया ओ भाई नंद लाल तू एडे जोर नाल जमीन ते लत क्यों मारी आंदा महाराज पहला तुसी दसो भी तुसी मेरे तो अपना मुखड़ा क्यों मोड़िया सतगुरु कहन लगे सी ते तेरा प्यार वेखण डे सां महाराज प्यार वेखण डे सी के मारी देण लगे सी जे किते दो मिनट चेहरा नंद लाल वल्ले ना कर दे ना ते नंद लाल ने ते इत्थे डेके मर जाणा सी ओ नंद लाल तू एडे जोर नाल जमीन ते लत क्यों मारी आंदा महाराज जी जदों तुसी अपने पवित्र केसां विच हथ पा के केस तां हवा विच लराए सी ना ते मेरे मन दे विच इह ख्याल आ गया ओ नंद लाला जे तैनू कोई दुनिया दा बादशाह इह गल कवे के मैनू गुरु गोबिंद सिंह दा एक केस लै दे इहदे बदले तैनू मैं राज तैनू मैं अपना तख्त छड्ड दिंदा आंदा मैं उस बादशाह दे तख्त नूं लत मार के आख्या सी ओ इन्ना केस मेरे हजूर दा सस्ता गुरु के सिखो कलगी वाले पातशाह ने घुट के गल वकड़ी च लै लिया अपने अंदर झात मारीए भाई नंद लाल एक हिंदू धर्म दा बंदा सी जेदे मन दे विच केसां दा इन्ना सत्कार सी ते साडा ते जन्म गुरु नानक दी सिखी दे घर विच होया नौजवानों कदे भी गुरु गोबिंद सिंह महाराज दी सिखी नूं तलाज नहीं ना दिओ आ जिहड़े प्रबंधक जन प्रबंध कीता इन्नी सुंदर इमारत सी बनाई आ
आ बह के सत संगत कर रहे जे इहदा इक्को ही कारण है कि पतत पुणे की लहर नू खत्म करके ते जेड़ा साडे गुरु साहिबाना सानू गुरमत गाड़ी राह विखाया ना उहदे उत्ते चल के अपने जीवन नू सवारिया जाए। ये गल्लां सारियां भाई डल्ला लागे खलोता सुन रहा सी ते भाई डल्ले ने आख्या महाराज जी तुहानू एडी वड्डी विपता जो पै गई ਤੁਸੀਂ 8 ਮਹੀਨੇ ਉੱਥੇ ਘੇਰੇ 'ਚ ਘਿਰੇ ਰਹੇ ਜੇ ਆਪਣੇ ਪੁੱਤ ਸ਼ਹੀਦ ਕਰਾ ਕੇ ਆ ਗਏ ਜੇ ਕਿਤੇ ਮੈਨੂੰ ਸੱਦ ਲੈਂਦੇ ਕੋਈ ਬੰਦਾ ਘੱਲਦੇ ਵੀ ਡੱਲੇ ਨੂੰ ਸੱਦੋ ਮਹਾਰਾਜ ਮੇਰਾ 500 ਜੰਗੀ ਜਵਾਨ ਸੀ ਜਿਹੜੇ ਵੱਡੇ ਵੱਡੇ ਗਤਕੇ ਦੇ ਪਲੇਅਰ ਸੀ ਮਹਾਰਾਜ ਮੈਂ ਦੁਸ਼ਮਣ ਦੇ ਏਕਰਾਂ ਛੱਕੇ ਛਲਾ ਦਿੰਦਾ ਤੁਸੀਂ ਮੈਨੂੰ ਤਾਂ ਯਾਦ ਕਰਦੇ ਪਰ ਇਹ ਨਹੀਂ ਸੋਚਿਆ ਵੀ ਮੈਂ ਖਲੋਤਾ ਕਿਸੇ 'ਤੇ ਗੱਲਾਂ ਕੀ ਕਰ ਰਿਹਾ ਸੁਣੀਏ ਭਾਈ ਡੱਲਾ ਹੋਮੇ ਵਿੱਚ ਆ ਕੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਕਿਤਨਾ ਗੱਲਾਂ ਕਰ ਰਿਹਾ ਉਹ ਲੈਣਾ ਤੁਹਾਡੇ ਸਾਹਮਣੇ ਕਵੀ ਦੀ ਕਲਮ ਨੇ ਕਲਮ ਬੰਦ ਇਉਂ ਕੀਤੀਆਂ ਬਾਈ ਜਿਵੇਂ ਤੁਰੇ ਅਨੰਦਪੁਰ ਤੋਂ ਮੈਂ ਸਭ ਕੁਝ ਜਾਣ ਲਿਆ ਤੁਹਾਡੇ ਸਾਥੀ ਸਿੰਘਾਂ ਤੋਂ ਮੈਂ ਲਾਨ ਮਾਲ ਲਿਆ ਤੁਹਾਡੇ ਸਾਥੀ ਸਿੰਘਾਂ ਤੋਂ ਮੈਂ ਲਾਨ ਮਾਲਿਆ ਹੋ ਕਿਵੇਂ ਹੋਏ ਕ੍ਰਿਸ਼ਮੀ ਉਸ ਮਾਲਕ ਦੀਆਂ ਰੰਗਾਂ ਦੇ ਭੁੱਲ ਗਏ ਕਾਤੋਂ ਤੁਸੀਂ ਦਾਸ ਨੂੰ ਮੇਲੇ ਜੰਗਾਂ ਦੇ ਭੁੱਲ ਗਏ ਕਾਤੋਂ ਤੁਸੀਂ ਦਾਸ ਨੂੰ ਮੇਲੇ ਜੰਗਾਂ ਦੇ ਜਿਵੇਂ ਤੁਰੇ ਅਨੰਦਪੁਰ ਤੋਂ ਮੈਂ ਸਭ ਕੁਝ ਜਾਣ ਲਿਆ ਤੁਹਾਡੇ ਸਾਥੀ ਸਿੰਘਾਂ ਤੋਂ ਮੈਂ ਲਾਨ ਮਾਲਿਆ ਤੁਹਾਡੇ ਸਾਥੀ ਸਿੰਘਾਂ ਤੋਂ ਮੈਂ ਲਾਨ ਮਾਲਿਆ ਹੋ ਕਿਵੇਂ ਹੋਏ ਕ੍ਰਿਸ਼ਮੀ ਉਸ ਮਾਲਕ ਦੀਆਂ ਰੰਗਾਂ ਦੇ ਭੁੱਲ ਗਏ ਕਾਤੋਂ ਤੁਸੀਂ ਦਾਸ ਨੂੰ ਮੇਲੇ ਜੰਗਾਂ ਦੇ ਭੁੱਲ ਗਏ ਕਾਤੋਂ ਤੁਸੀਂ ਦਾਸ ਨੂੰ ਮੇਲੇ ਜੰਗਾਂ ਦੇ 8 ਮਹੀਨੇ ਅਨੰਦਪੁਰ ਨੂੰ ਕੋਈ ਘੇਰ ਕੇ ਬੈਂਦਾ ਨਾ ਸਰਸਾ ਤੇ ਪਰਵਾਰ ਵਿਛੋੜਾ ਕਦੇ ਵੀ ਪੈਂਦਾ ਨਾ 8 ਮਹੀਨੇ ਅਨੰਦਪੁਰ ਨੂੰ ਕੋਈ ਘੇਰ ਕੇ ਪੈਂਦਾ ਨਾ ਸਰਸਾ ਤੇ ਪਰਿਵਾਰ ਵਿਛੋੜਾ ਕਦੇ ਵੀ ਪੈਂਦਾ ਨਾ ਸਰਸਾ ਤੇ ਪਰਿਵਾਰ ਵਿਛੋੜਾ ਕਦੇ ਵੀ ਪੈਂਦਾ ਨਾ ਓ ਸ਼ਮਾ ਬਲੀ ਤੇ ਲੱਗ ਜਾਣੀ ਸੀ ਪਤੇ ਪਤੰਗਾਂ ਦੇ ਭੁੱਲ ਗਏ ਕਾਤੋਂ ਤੁਸੀਂ ਦਾਸ ਨੂੰ ਮੇਲੇ ਜੰਗਾਂ ਦੇ ਭੁੱਲ ਗਏ ਕਾਤੋਂ ਤੁਸੀਂ ਦਾਸ ਨੂੰ ਮੇਲੇ ਜੰਗਾਂ ਦੇ ਸਰਸਾ ਨਦੀ ਤੋਂ ਪਾਰ ਸਰਸਾ ਨਦੀ ਤੋਂ ਪਾਰ ਕਦੇ ਜੰਗ ਲੜਨਾ ਪੈਂਦਾ ਨਾ 10 ਲੱਖ ਦੁਸ਼ਮਣ ਕਦੇ ਘੇਰ ਕੇ ਤੁਹਾਨੂੰ ਪੈਂਦਾ ਨਾ 10 ਲੱਖ ਦੁਸ਼ਮਣ ਕਦੇ ਘੇਰ ਕੇ ਤੁਹਾਨੂੰ ਪੈਂਦਾ ਨਾ ਹੋ ਪੈਣੇ ਨੀ ਸੀ ਵਿਖਣੇ ਪੈਣੇ ਵੇਲੇ ਚੰਗਾ ਦੇ ਭੁੱਲ ਗਏ ਕਾਤੋਂ ਤੁਸੀਂ ਦਾਸ ਨੂੰ ਮੇਲੇ ਚੰਗਾ ਦੇ ਭੁੱਲ ਗਏ ਕਾਤੋਂ ਤੁਸੀਂ ਦਾਸ ਨੂੰ ਦੇਣੇ ਚੰਗਾ ਦੇ ਛੋਟੇ ਲਾਲ ਮਸੂਮਾ ਦਾ ਸਲ ਦਿਲ ਤੇ ਰਹਿੰਦਾ ਨਾ ਬਿਰਦੇ ਅਵਸਥਾ ਮਾਂ ਗੁਜਰੀ ਨੂੰ ਰੁਲਣਾ ਪੈਂਦਾ ਨਾ ਬਿਰਦੇ ਅਵਸਥਾ ਮਾਂ ਗੁਜਰੀ ਨੂੰ ਰੁਲਣਾ ਪੈਂਦਾ ਨਾ ਛੱਡਣੇ ਨੀ ਸੀ ਸਾਥ ਨਿਹੰਗਾਂ ਦੇ ਭੁੱਲ ਗਏ ਕਾਤੋਂ ਤੁਸੀਂ ਦਾਸ ਨੂੰ ਵੇਲੇ ਚੰਗਾਂ ਦੇ ਭੁੱਲ ਗਏ ਕਾਤੋਂ ਤੁਸੀਂ
दास नू वेले चंगा दे। महाराज तुसी मैनू एक ना याद कर दे, तुहाडे परिवार का विछोड़ा ना पैंदा, तुहानू इन्ने दुख ना सहने पैंदे। वेखो दे अंदर भावना तो है सेवा करन दी, पर भावना दे अंदर कोई और तो नहीं लुकिया, भावना दे अंदर होमे लुकी आ। वाहिगुरु, भावना मिली होगी। ये जिहड़ी होमे है ना, ये तो बड़िया वड्या मुनिया दे कोलों नहीं मरी। मान मुनि मुनवर गले, मान सबे को खाए, सबे को खाए। सियाने आंदे मोटा कंडा वाजे ना ते सुई लेके कढ़ लिया जांदा, ते जे किते ओ विच टुट जाए ना ओनु फिर कढ़ना बड़ा औखा हुंदा। ए जेड़ी होमे दी बरीक तार आ ना, ए ते कई कई जन्म नहीं बंदे दे विचो निकलदी, बस दर्द ही करदी आ। पिछे कुछ सिंह बैठे सी, विचारे कमजोर ही सी, धर्मी बंदे शरीर करके कई बार बहुते तकड़े नहीं हुंदे, विचारे कमजोर ही सी। कईयां दे कपड़े भी पाटे हुए सी, कईयां दियां कृपाना दे म्यान भी टुटे हुए सी, ते डल्ला थोड़ा जिहा पछाण नूं वेख के ते हस पिया। आंदा महाराज तुसी मत्था ते ला लिया औरंगजेब ना, ते तुसी अपनी फौज का ख्याल नहीं कीता भी आ लड़नगे विचारे औरंगजेब ना। महाराज तुसी अपनी फौज वाले ध्यान नहीं दिता। महाराज ने वेख्या इन्हें मेरे सिखां दी तुहीन करती आ। एक गल चेते रखियो, प्रीत दवे पासे बराबर आ, गुरु दी तुहीन कदे सिख नहीं जे सारदा, ते सिख दी तुहीन कदे गुरु नहीं जे सारदा। वाहिगुरु, मन ने वेख्या इन्हें मेरे सिखां नू मखौल कीता, इनू अज विखा के कलना भी सिख आंदे किनू, इनू अज विखा देना अपनियां अखां दे सामने। इन्ना चिर नू मन ने कौतुक कर दिता, गल गौर ना सुनियो, इन्ना चिर नू मन ने कौतुक कर दिता। एक सिख लाहौर तो आया, उन्हें मर नू रफल भेट कीती, बंदूक भेट कीती, ते महाराज शस्त्रां नाल बड़ा प्यार करिया करदे सी। सच है, शस्त्र किते सिंह कोलों भी होवे ना, महाराज उहनां भी बड़ा प्यार करदे आ, क्योंकि महाराज शस्त्रां नू बड़ी वड्डी महानता दित्ती आ। एक पलंगे ते सजा के सतगुरु शस्त्रां उत्ते चौर साहब करवाया करदे सी, ते अपने इन्हां नू सतगुरु ने पीर भी आख्या, अस किरपान खंडो खंडो खड़ग तुपक तुपक तवर अर तीर, सैब सरोई सैथी यह हमारे पीर, पीर तीर तुही सैथी तुही तुही तवर तलवार, नाम तिहारो जो जपे पै सिंध पाओ पार। ए मोर आ गया सुन लेहो प्यारे, बिना बिना केस ते गंग ना देऊं दिदारे, देऊं दिदारे। जदो तू साडे दर्शनां नूं आवे ना, तेरे कोल शस्त्र होण, तेरे कोल केस होण, बिना शस्त्र केसं नरंग भेड़ जानो, गहे कान ताको किते ले सदानो। शस्त्र तो बिना बंदा एक भेड़ दी न्याई है, ते भेड़ नूं कनो फड़ के कोई जिधर नूं मर्जी लै जे। महाराज दे बचना, किरपान पान तारियं करो करोर पाप तारियं। सिखो जदो तुसी खंडे बाटे दा अमर छाके श्री साहब पहनोगे ना, ये रहतनामे दे बचन, महाराज कहिंदे तुहाडे करोड़ा पाप चल जाणगे, करोड़ा पाप। ते हुण सानू किरपान दी लोड बहुतियां नू कदों पैंदी आ, जदो मुंडे ने सिरे ला के ते घोड़ी ते बहना हुंदा, ते फिर वेंदे पे कोई जंगाली जंगुली किसे नुकरे पई कि नहीं पई। सानू मर ने गड्डियां बड़िया महंगिया महंगिया दित्तियां, पंद्रह पंद्रह वी वी लख दियां गड्डियां ते असी सैर करदे आ। कोई भागा वाला सिख रहतवान होएगा जेदी गड्डी विच साहिबां दी बख्शी श्री साहब होए, जां कोई अग्न शस्त्र। नहीं ते मैं वेख्या पिछे ते बालू रख्या हुंदा, अगे बंदर टंगया हुंदा, उतना कहौने सी अपने आप नू खालसे।
गुरु कृपा करे मैं भैणा का भी हाल वेख्या जदों कि अमर संचार हुंदा ना ते दुकाना वाले ने मैं लड़दियां वेख्या 100 रुपये की कृपान 60 की कृपान इन्नी महंगी छोटी दे दो थल्ले दी पौनी के जे सूट लेना हो 5000 का 10000 का 20 नूं भी अपड़ जांदियां भावें बंदा करजाई हो जाए पर कृपान सब तो छोटी। नौजवानों महाराज दे बचन शस्त्र के अधीन है राज जो ना पैरे तिस बिगड़े काज। ਉਹਨਾਂ ਦੇ ਕਾਜ ਵਿਗਣਗੇ ਜਿਹਨਾਂ ਦੇ ਕੋਲ ਸ਼ਸਤਰ ਨਹੀਂ। ਵਾਹ। ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ ਨਾ, ਨੌਜਵਾਨੋ ਧਿਆਨ ਨਾਲ ਬਚ ਸੁਣਿਓ, ਮਹਾਰਾਜ ਦੇ ਤੁਹਾਡੇ ਜ਼ਿੰਦਗੀ 'ਚ ਕੰਮ ਆਉਣਗੇ। ਜਦੋਂ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਮੇਰੇ ਪਾਤਸ਼ਾਹ, ਉਦੋਂ ਕਮੈਤ ਘੋੜੇ 'ਤੇ ਅਸਵਾਰ ਸਨ। ਵਾਹਿਗੁਰੂ। ਕਨਾਤ ਸਤਿਗੁਰਾਂ ਨੇ ਕਰਵਾਈ ਹੋਈ ਸੀ। ਜਦੋਂ ਚਿਖਾ 'ਤੇ ਚੜ੍ਹਨ ਲੱਗੇ ਤੇ ਘੋੜੇ ਦੀਆਂ ਵਾਗਾਂ ਮੋੜ ਕੇ ਇੱਕ ਨਾ ਪਿਛਾਂ ਨੂੰ ਵੇਖਿਆ, ਸਭ ਖਾਲਸਾ ਉਦੋਂ ਵਿਰਾਗ ਵੇਸੀ। ਜਿਤਨਾ ਪਿਓ ਨੂੰ ਪੁੱਤਰ ਵੇਖ ਕੇ ਪਿਆਰ ਆ ਜਾਂਦਾ ਨਾ, ਖਾਲਸੇ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ, ਖਾਲਸਾ ਜੀ ਸ਼ਬਦ ਕਰਕੇ ਸਦਾ ਅਸੀਂ ਤੁਹਾਡੇ ਕੋਲ ਆਉਂ, ਦੋ ਬਚਨ ਸਾਡੇ ਚੇਤੇ ਰੱਖਣੇ, ਗੁਰਬਾਣੀ ਤੇ ਵਾਹਿਗੁਰੂ ਮੰਤਰ ਨੂੰ ਕਦੇ ਨਹੀਂ ਵਿਸਾਰਨਾ, ਤੇ ਸ਼ਸਤਰ ਵਿੱਦਿਆ ਦਾ ਅਭਿਆਸ ਨਾ ਤਿਆਗਿਓ, ਦੁਨੀਆਂ ਦੀ ਕੋਈ ਵੀ ਕੌਮ ਤੁਹਾਨੂੰ ਗੁਲਾਮ ਨਹੀਂ ਬਣਾ ਸਕੇਗੀ। ਵਾਹ ਵਾਹ। ਸਤਿ ਸ੍ਰੀ ਅਕਾਲ। ਇਹ ਮਹਾਰਾਜ ਦੇ ਇਤਿਹਾਸਕ ਬਚਨ ਆ। ਅੱਜ ਵੇਖੀਓ ਗੁਰੂ ਮਹਾਰਾਜ ਦੀ ਧਰੋਹਰ ਸਾਡੇ ਕੋਲ ਹੈ ਨਹੀਂ ਹੈ। ਤੁਸੀਂ ਸ੍ਰੀ ਕੇਸਗੜ੍ਹ ਸਾਹਿਬ ਜਾਓ, ਜਦੋਂ ਇੱਕ ਪੀੜਾ ਸਾਹਿਬ ਬਾਕੀ ਬਚ ਜਾਂਦਾ ਨਾ, ਸ੍ਰੀ ਅਕਾਲ ਤਖਤ ਸਾਹਿਬ ਜਾਓ, ਜਦੋਂ ਇੱਕ ਪੀੜਾ ਬਾਕੀ ਬਚ ਜਾਂਦਾ ਨਾ, ਫਿਰ ਆਉਂਦੇ ਵੀ ਹੁਣ ਬਾਬਾ ਸਾਹਿਬ ਬਾਬਾ ਦੀਪ ਸਿੰਘ ਦੇ ਸ਼ਸਤਰ ਆਊਗੇ। ਉਹ ਏਡਾ ਵੱਡਾ ਕਮਰ ਕੱਸਾ ਨਾਭੇ ਵਾਲਿਆਂ ਰਾਜਿਆਂ ਨੇ, ਹੁਣ ਇੱਕ ਤੇਗਾ ਭੇਟ ਕੀਤਾ ਜਿਹਦੇ ਸ੍ਰੀ ਕੇਸਗੜ੍ਹ ਸਾਹਿਬ ਤਖ਼ਤ 'ਤੇ ਦਰਸ਼ਨ ਕਰਵਾਏ ਜਾਂਦੇ ਆ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਤੇਗਾ ਜਿਹਦੇ ਨਾਲ ਸਤਿਗੁਰ ਨੇ ਕਾਲੇ ਖਾਂ ਨੂੰ ਵੱਢਿਆ ਸੀ, ਤੇ ਜਦੋਂ ਕਾਲੇ ਖਾਂ ਦੇ ਸਿਰ 'ਚੋਂ ਤੇਗਾ ਮਾਰਿਆ ਸੀ ਨਾ, ਘੋੜੇ ਦੀ ਕਾਠੀ ਤੱਕ ਵੜਤਾ ਸੀ ਕਾਲੇ ਖਾਂ। ਮਹਾਂਪੁਰਸ਼ ਇਹਦਾ ਹਵਾਲਾ ਦਿਆ ਕਰਦੇ ਸੀ ਵੀ ਛੇਵੇਂ ਪਾਤਸ਼ਾਹ ਦੇ ਮਨ ਦੇ ਵਿੱਚ ਪਿਆਰ ਇੰਨਾ ਵੀ ਫੁੱਲ ਦੇ ਟੁੱਟਣ ਦਾ ਵੀ ਸਤਿਗੁਰ ਨੂੰ ਦੁੱਖ ਹੁੰਦਾ, ਪਰ ਜਦੋਂ ਮੇਰੇ ਪਾਤਸ਼ਾਹ ਵੀ ਰਸ ਵਿੱਚ ਆਉਂਦੇ ਹਨ, ਜਦੋਂ ਤੇਗਾ ਛੱਡਦੇ ਫਿਰ ਲੋਹੇ ਦੀ ਸੰਜੋ ਬਖਤਰਾਂ ਨੂੰ ਕੱਟਦਾ ਹੋਇਆ ਘੋੜੇ ਦੀ ਕਾਠੀ ਨੂੰ ਵੱਢ ਕੇ ਪਾਰ ਹੋ ਜਾਂਦਾ। ਗੁਰੂ ਕੇ ਸਿੱਖੋ, ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਸ਼ ਵੀ ਇਹ ਬਚਨ ਕਿਹਾ ਕਰਦੇ ਸੀ, ਕੋਈ ਵੀ ਸਿੱਖ ਹੋਵੇ ਸ਼ਸਤਰ ਤੋਂ ਬਿਨਾਂ ਨਾ ਹੋਵੇ। ਜੋ ਦਿੱਲੀ ਵਿੱਚ ਸਾਡੀ ਕਤਲੇਆਮ ਹੋਈ ਉਹ ਕਿਸੇ ਨੂੰ ਭੁੱਲਣੀ ਨਹੀਂ, ਕਿਤਰਾ ਗਾਜਰਾਂ ਤੇ ਮੂਲੀਆਂ ਵਾਂਗੂ ਸਿੱਖਾਂ ਨੂੰ ਵੱਢ ਦਿੱਤਾ ਗਿਆ। ਨੌਜਵਾਨ ਧੀਆਂ ਗੁੰਡੇ ਮਾਪਿਆਂ ਦੀਆਂ ਗੋਦੀਆਂ ਵਿੱਚੋਂ ਖਿੱਚ ਕੇ ਲੈ ਗਏ। 5-5 ਦਿਨ ਬਾਅਦ ਉਹ ਧੀਆਂ ਮਾਪਿਆਂ ਨੂੰ ਨਸੀਬ ਹੋਈਆਂ, ਉਹਨਾਂ ਤੇ ਕੀ ਕਹਿਰ ਦੀ ਹਨੇਰੀ ਝੁੱਲੀ ਹੋਏਗੀ ਇਹ ਉਹ ਦੱਸ ਸਕਦੀਆਂ ਜਾਂ ਵਾਹਿਗੁਰੂ ਜਾਣਦਾ। 5-5 ਦਿਨ ਬਾਅਦ ਅੱਧ ਸੜੀਆਂ ਲਾਸ਼ਾਂ ਸਿੱਖਾਂ ਦੀਆਂ ਟਰੱਕਾਂ ਵਿੱਚੋਂ ਮਿਲੀਆਂ। ਜਿੱਥੇ ਦਿੱਲੀ ਵਿੱਚ ਇੰਨੀ ਕਤਲੇਆਮ ਹੋਈ, ਉੱਥੇ ਕਾਨਪੁਰ ਵਿੱਚ ਵੀ ਭਾਰੀ ਸਿੱਖਾਂ ਦਾ ਨੁਕਸਾਨ ਹੋਇਆ। ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਥਾ ਕਰਨ ਗਏ, ਅਤੇ ਇੱਕ ਬਹੁਤ ਅਮੀਰ ਪਰਿਵਾਰ ਉਹਨੇ ਮਹਾਂਪੁਰਸ਼ਾਂ ਨੂੰ ਘਰ 'ਚ ਬੁਲਾਇਆ ਅਤੇ ਉਹਨਾਂ ਨੂੰ ਲੰਗਰ ਪਾਣੀ ਛਕਾਇਆ। ਜਦੋਂ ਲੰਗਰ ਪਾਣੀ ਛਕਾ ਕੇ ਸਰੋਪਾ ਭੇਟ ਕਰਨ ਲੱਗਾ ਨਾ ਮਹਾਂਪੁਰਸ਼ਾਂ ਨੂੰ, ਉਹਦੀਆਂ ਅੱਖਾਂ ਵਿੱਚੋਂ ਜਾਰ ਜਾਰ ਨੀਰ ਜਾਣ ਲੱਗ ਪਿਆ ਅਤੇ ਕਹਿਣ ਲੱਗਾ, ਮਹਾਂਪੁਰਸ਼ੋ ਜਿੱਥੇ ਤੁਸੀਂ ਬੈਠੇ ਜੇ ਨਾ, ਇੱਥੇ ਹੀ ਮੇਰੇ ਘਰ ਵਿੱਚ ਆ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਬੈਠੇ ਸੀ, ਅਤੇ ਜਦੋਂ ਮੈਂ ਉਹਨਾਂ ਨੂੰ ਸਰੋਪਾ ਭੇਟ ਕਰਨ ਲੱਗਾ ਸਾਂ ਨਾ, ਉਹਨਾਂ ਨੇ ਮੈਨੂੰ 2 ਬਚਨ ਆਖੇ ਸੀ ਜਿਹਦੇ ਕਰਕੇ ਮੇਰੀ ਜ਼ਿੰਦਗੀ ਅਤੇ ਮੇਰੀ ਇੱਜ਼ਤ ਬਚ ਗਈ ਹੈ। ਅਤੇ ਮਹਾਂਪੁਰਸ਼ ਕਹਿਣ ਲੱਗੇ ਵੀ ਕੀ ਬਚਨ ਆਖੇ ਸੀ? ਕਹਿਣ ਲੱਗੇ, ਜਦੋਂ ਮੈਂ ਸਰੋਪਾ ਭੇਟ ਕਰਨ ਲੱਗਾ ਨਾ, ਮੈਨੂੰ ਕਹਿਣ ਲੱਗੇ, ਸਿੱਖਾ ਤੇਰੇ ਘਰ ਦੇ ਵਿੱਚ ਕੋਈ ਸ਼ਸਤਰ ਹੈ? ਆਂਦਾ ਮੈਂ ਕਿਹਾ, ਨਹੀਂ ਮਹਾਂਪੁਰਸ਼ੋ, ਸ਼ਸਤਰ ਤਾਂ ਕੋਈ ਨਹੀਂ ਗਾ,
ਕਹਿਣ ਲੱਗੇ ਜੇ ਤੇਰੇ ਤੇ ਕੋਈ ਚੜ੍ਹਾਈ ਕਰਕੇ ਆ ਜੇ ਉਹਦੇ ਸਿਰ ਵਿੱਚ ਚੁੱਕਿਆ ਟੈਲੀਵਿਜ਼ਨ ਮਾਰੇਗਾ ਕਿ ਫਰਿੱਜ ਮਾਰੇਗਾ ਜਿਹੜੀ ਅੰਦਰ ਰੱਖੀ ਹੂ। ਆਂਦਾ ਮੈਂ ਕਿਹਾ ਬੋਲ ਤੇ ਮਹਾਂਪੁਰਸ਼ਾਂ ਦੇ ਬਿਲਕੁਲ ਠੀਕ ਹਾਂ। ਆਂਦਾ ਉਹਨਾਂ ਦੇ ਬਚਨ ਮੇਰੇ ਘਰ ਕਰ ਗਏ, ਮੈਂ ਫਿਰ ਕਾਨੂੰਨ ਮੁਤਾਬਕ ਲਾਇਸੈਂਸ ਬਣਾਇਆ ਅਤੇ ਲਾਇਸੈਂਸੀ ਹਥਿਆਰ ਖਰੀਦੇ ਆਪਣੀ ਸਵੈ ਰੱਖਿਆ ਵਾਸਤੇ, ਕਿਸੇ ਨੂੰ ਮਾਰਨ ਵਾਸਤੇ ਨਹੀਂ, ਆਪਣੀ ਰਾਖੀ ਵਾਸਤੇ, ਗਰੀਬ ਦੀ ਰਾਖੀ ਵਾਸਤੇ। ਆਂਦਾ ਜਦੋਂ ਕਾਨਪੁਰ ਵਿੱਚ ਸਿੱਖਾਂ ਦੇ ਘਰਾਂ ਨੂੰ ਅੱਗਾਂ ਲੱਗਣ ਲੱਗੀਆਂ, ਭਾਂਬੜ ਮੱਚਣ ਲੱਗੇ, ਇੱਕ ਚੰਡਾਲ ਚੌਂਕੜੀ, ਇੱਕ ਦੁਸ਼ਟ ਚੌਂਕੜੀ ਆਂਦਾ ਮੇਰੇ ਵੀ ਘਰ ਨੂੰ ਆ ਪਈ। ਆਂਦਾ ਮੇਰੇ ਘਰ ਦੇ ਮੁੱਖ ਦਰਵਾਜ਼ੇ ਦਾ ਜਿੰਦਰਾ ਉਹਨਾਂ ਨੇ ਤੋੜ ਦਿੱਤਾ। ਆਂਦਾ ਜੇ ਕਿਤੇ ਮੈਂ ਮਹਾਂਪੁਰਸ਼ਾਂ ਦੇ ਬਚਨ ਨਾ ਕਮਾਏ ਹੁੰਦੇ ਨਾ, ਮੇਰੀ ਨੌਜਵਾਨ ਧੀਆਂ ਦੀ ਪੱਤ ਬਰਬਾਦ ਹੋ ਜਾਂਦੀ, ਮੈਂ ਦਿਨ ਦੀ ਵੀ ਲੁੱਟੇ ਜਾਣਾ ਸੀ। ਆਂਦਾ ਜਦੋਂ ਹਜੂਮ ਅੰਦਰ ਆਵੜਿਆ, ਮੈਂ ਆਪਣੇ ਰਿਵਾਲਵਰ ਵਿੱਚੋਂ ਗੋਲੀ ਚਲਾਈ, ਜਿਹੜਾ ਉਹਨਾਂ ਦਾ ਆਗੂ ਮੱਛਰਿਆ ਆਉਂਦਾ ਸੀ ਨਾ, ਜਦੋਂ ਉਹਦੀ ਪੁੜਪੜੀ 'ਚ ਵੱਜੀ ਉਹ ਪੁੱਠਾ ਹੋ ਕੇ ਉੱਥੇ ਡਿੱਗ ਪਿਆ। ਆਂਦਾ ਉੱਤੋਂ ਮੇਰੇ ਪੁੱਤਰਾਂ ਨੇ ਫੈਰਿੰਗ ਖੋਲ੍ਹਤੀ, ਬਾਬਾ ਜੀ ਸਾਡੇ ਵਿਹੜੇ 'ਚ ਬਸ ਚੱਪਲਾਂ ਹੀ ਰਹਿ ਗਈਆਂ, ਬਾਕੀ ਕੁਛ ਵੀ ਨਹੀਂ ਸੀ, ਅਤੇ ਜਾਂ ਉਹ ਲੋਥਾਂ ਪਈਆਂ ਸੀ ਜਿਹਨਾਂ ਨੂੰ ਗੋਲੀਆਂ ਵੱਜੀਆਂ ਸੀ। ਉਹ ਜੇ ਛੇਰ ਦੀਆਂ ਨੌਂਦਰੇ ਨਾ ਹੋਣ, ਜੇ ਛੇਰ ਦੀਆਂ ਜੜ੍ਹਾਂ ਹੀ ਨਾ ਹੋਣ, ਉਹ ਤੇ ਗਿੱਦੜ ਨਾਲੋਂ ਭੈੜਾ। ਸੱਚ ਹੈ, ਸ੍ਰੀ ਸਾਹਿਬ ਘਰ ਵਿੱਚ ਹਰਕ ਦੇ ਹੋਣੀ ਚਾਹੀਦੀ ਆ, ਆਏ ਸਿੱਖ ਵਾਸਤੇ ਦੇਗ ਤੇ ਸਿਰ ਹਲੂਣੇ ਵਾਸਤੇ ਤੇਗ। ਇਹ ਫਰਿੱਜਾਂ ਤੇ ਮੋਬਾਈਲਾਂ ਨੇ ਉਦੋਂ ਕੰਮ ਨਹੀਂ ਕਰਨਾ। ਇਸ ਕਰਕੇ ਜੋ ਮਹਾਰਾਜ ਦੇ ਬਚਨ ਆ, ਇਹ ਕਲਗੀਧਰ ਪਾਤਸ਼ਾਹ ਦੇ ਬਚਨ ਆ, ਧੁਨੰਗ ਸੰਗ ਸਾਰੇ ਪ੍ਰਭ ਜੀ ਸੁਣਾਈ, ਬਿਨਾਂ ਤੀਰ ਤੇਗੰ ਰਹੇ ਨਾ ਪਾਈ। ਮਹਾਰਾਜ ਕਹਿੰਦੇ ਮੇਰਾ ਸਿੱਖ ਕੋਈ ਹੋਊਗਾ ਤੀਰ ਤੇ ਤੇਗ ਤੋਂ ਬਿਨਾਂ ਨਹੀਂ ਰਹੇਗਾ। ਇਸ ਕਰਕੇ ਮੈਨੂੰ ਆਸ ਆ ਵੀ ਇਹਦੇ ਉੱਤੇ ਤੁਸੀਂ ਅਮਲ ਕਰੋਗੇ। ਜਦੋਂ ਭਾਈ ਡੱਲੇ ਨੇ ਮਹਾਰਾਜ ਨੂੰ, ਭਾਈ ਸਿੰਘ ਨੇ ਆ ਕੇ ਬੰਦੂਕ ਭੇਟ ਕੀਤੀ ਤੇ ਮਹਾਰਾਜ ਕਹਿਣ ਲੱਗੇ ਵੀ ਲਿਆਓ ਇਹਨੂੰ ਪਰਖ ਲੈਣਾ ਚਾਹੀਦਾ। ਆਂਦਾ ਮਹਾਰਾਜ ਪਰਖੋ, ਸਤਿਗੁਰੂ ਕਹਿਣ ਲੱਗੇ ਵੀ ਸ਼ਸਤਰ ਪਰਖ ਕੇ ਰੱਖਣਾ ਚਾਹੀਦਾ। ਸੱਚ ਹੈ, ਸਤਿਗੁਰੂ ਕਹਿਣ ਲੱਗੇ ਉਹ ਡੱਲਿਆ ਉਹ ਤੂੰ ਬੜਾ ਬਹਾਦਰ, ਤੇਰੇ ਜੰਗੀ ਯੋਧੇ ਬੜੇ ਬਹਾਦਰ, ਤੂੰ ਸੇਵਾ ਵਾਸਤੇ ਬੜਾ ਕਾਹਲਾ ਪੈ ਰਿਹਾ ਸਾਂ, ਜਾਂ ਇੱਕ ਸਿੱਖ ਲਿਆ ਆਪਣਾ ਜਰਨੈਲ ਖੜਾ ਕਰ ਲਿਆ ਕੇ ਅਸੀਂ ਆ ਗੋਲੀ ਚਲਾ ਕੇ ਵੇਖਣੀ ਵੀ ਬੰਦੇ ਦੇ ਵਿੱਚੋਂ ਨਿਕਲਦੀ ਕਿ ਨਹੀਂ ਨਿਕਲਦੀ। ਡੱਲੇ ਨੇ ਪਹਿਲੀ ਵਾਰ ਸੁਣਿਆ, ਡੱਲਾ ਕੰਮਣ ਲੱਗ ਪਿਆ, ਕਿਤੇ ਗੁਰੂ ਸਿੱਖੋ ਗੁਰੂ ਪਰਚਾ ਸਿੱਖ ਉੱਤੇ ਉਹ ਪਾਉਂਦਾ ਜਿਹੜਾ ਕਦੇ ਕਿਸੇ ਨੇ ਵੇਖਿਆ ਹੀ ਨਹੀਂ ਹੁੰਦਾ, ਤੇ ਫਿਰ ਉਹਦੇ ਵਿੱਚੋਂ ਲੰਘਣਾ ਹੁੰਦਾ। ਡੱਲੇ ਨੇ ਪਹਿਲੀ ਵਾਰ ਸੁਣਿਆ, ਆਂਦਾ ਮਹਾਰਾਜ ਬੰਦਾ ਬੰਦਾ ਕਾਹਦੇ ਵਾਸਤੇ, ਉਹਨੂੰ ਕਾਹਦੇ ਵਾਸਤੇ ਗੋਲੀ ਮਾਰਨੀ ਆ। ਮਹਾਰਾਜ ਕਹਿਣ ਲੱਗੇ ਬੰਦੂਕਾਂ ਔਰ ਗਾਜਰਾਂ ਚੀਰਨ ਵਾਸਤੇ ਹੁੰਦੀਆਂ, ਇਹਦੇ ਨਾਲ ਬੰਦੇ ਮਾਰੀ ਦੇ ਸ਼ਿਕਾਰ ਕਰੀਦੇ ਆ, ਇਹ ਕੋਈ ਖਿਡੌਣੇ ਥੋੜ੍ਹੀ ਆ। ਜੇ ਅੱਜ ਨਾ ਮਾਰਿਆ ਤੇ ਕੱਲ੍ਹ ਨੂੰ ਕੀ ਪਤਾ ਲੱਗੂ ਵੀ ਇਹ ਜੰਗ 'ਚ ਕੀ ਕਰਦੀ ਆ, ਜਾਂ ਛੇਤੀ ਲਿਆ। ਡੱਲਾ ਕੰਬ ਗਿਆ, ਆਂਦਾ ਮਹਾਰਾਜ ਕੋਈ ਪੀਪਾ ਖੜਾ ਕਰ ਦੇ, ਤੁਸੀਂ ਨਿਸ਼ਾਨਾ ਹੀ ਮਾਰਨਾ। ਮਹਾਰਾਜ ਕਹਿਣ ਲੱਗੇ ਅਸੀਂ ਨਿਸ਼ਾਨੇ ਪੀਪਿਆਂ ਤੇ ਨਹੀਂ ਪਰਖਦੇ, ਜਿਉਂਦਾ ਬੰਦਾ ਸਾਨੂੰ ਚਾਹੀਦਾ, ਸਾਡੀਆਂ ਆਦਤਾਂ ਹੋਰ ਆ। ਡੱਲੇ ਨੇ ਸੁਣਿਆ ਜਦੋਂ ਨਾ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ, ਸਿੱਖੋ ਕਿਤੇ ਗੁਰੂ ਦਾ ਮੁਕਾਬਲਾ ਕਰਨਾ ਸੌਖਾ, ਆ ਕੱਚੇ ਪਿੱਲੇ ਬਹੁਤ ਗੁਰੂ ਦੀ ਬਾਣੀ ਉੱਤੇ ਟਿੱਪਣੀ ਕਰਦੇ ਆ, ਮੈਂ ਨਾ ਕਿਤੇ ਡੱਲੇ ਨੂੰ ਪੁੱਛ ਕੇ ਵੇਖ ਲਓ ਵੀ ਗੁਰੂ ਦੇ ਗਾੜੀ ਕਿਤਨਾ ਖਲੋਈਦਾ। ਅਜੇ ਤੇ ਗੁਰੂ ਤਰਸ ਕਰਦਾ ਵੀ ਆਪਣੀ ਜ਼ਿੰਦਗੀ ਬਤੀਤ ਕਰ ਹੀ ਲੈਣ। ਜਦੋਂ ਕਿਤੇ ਨਿਸ਼ਾਨੇ ਪਰਖਣ 'ਤੇ ਆ ਗਏ ਨਾ, ਮੁੜ ਕੇ ਗਾੜੀ ਕਿਸੇ ਨੇ ਟਿਕਣਾ ਨਹੀਂ ਗਾ। ਡੱਲਾ ਆਂਦਾ ਮਹਾਰਾਜ ਮੈਂ ਕਰਦਾ ਪਤਾ, ਜਾਣਾ ਆਪਣੇ ਜਵਾਨਾਂ ਕੋਲ। ਗਿਆ ਆਪਣੇ ਜਵਾਨਾਂ ਦੇ ਕੋਲ, ਕਹਿਣ ਲੱਗਾ ਉਹ ਮੈਂ ਤੁਹਾਨੂੰ ਵੱਡੀਆਂ ਵੱਡੀਆਂ ਤਨਖਾਹਾਂ ਦਿੰਦਾ ਰਿਹਾ, ਉਹ ਸਾਰੀ ਉਮਰ ਤੁਸੀਂ ਮੇਰੀ ਨੌਕਰੀ ਕਰਦੇ ਰਹੇ ਜੇ, ਅਤੇ ਅੱਜ ਇੱਕ ਬੰਦਾ ਚਾਹੀਦਾ। ਉਹਨੇ ਆਖਿਆ ਕਾਹਦੇ ਵਾਸਤੇ? ਉਹਨੇ ਆਖਿਆ ਗੁਰੂ ਸਾਹਿਬ ਨੂੰ ਕਿਸੇ ਨੇ ਰਫਲ ਭੇਟ ਕੀਤੀ ਆ, ਅਤੇ ਮਹਾਰਾਜ ਕਹਿੰਦੇ ਵੀ ਅਸੀਂ ਨਿਸ਼ਾਨਾ ਮਾਰ ਕੇ ਵੇਖਣਾ ਵੀ ਬੰਦੇ ਵਿੱਚੋਂ ਗੋਲੀ ਨਿਕਲਦੀ ਕਿ ਨਹੀਂ ਨਿਕਲਦੀ। ਉਹਨਾਂ ਵੀ ਪਹਿਲੀ ਵਾਰ ਸੁਣਿਆ, ਉਹਨੇ ਆਖਿਆ ਉਹ ਤੇਰਾ ਦਿਮਾਗ ਤਾਂ ਨਹੀਂ ਬੰਦ ਪੈ ਗਿਆ ਕਿਤੇ? ਉਹ ਗੋਲੀ ਦੇ ਖਲੋਣ ਖਾਲੀ ਖਲੋ ਕੇ ਇਤਨਾ ਕਿਹੜਾ ਜਾਣ ਦਏਗਾ, ਜੰਗ ਵਿੱਚ ਲੜ ਕੇ ਮਰ ਜਾਣਾ ਤੇ ਕੋਈ ਹੋਰ ਆ, ਪਰ ਇਤਨਾ ਸਾਹਮਣੇ ਗੋਲੀ ਦੇ ਕਿਹੜਾ ਖਲੋਏਗਾ? ਆ ਪਈ ਤੇਰੀ ਨੌਕਰੀ, ਸਾਨੂੰ ਨਹੀਂ ਚਾਹੀਦੀ ਤਨਖਾਹਾਂ। ਸਿੱਖੋ ਇਹ ਤਨਖਾਹਾਂ ਲੈਣੀਆਂ ਦੇਣੀਆਂ ਇਹ ਤੇ ਦੁਨਿਆਵੀ ਰੀਤਾਂ, ਇਹ ਜਿਹੜੀ ਨੌਕਰੀ ਆ ਨਾ ਬੈ ਖਰੀਦ ਸਿਰ ਦਿੱਤੋ ਤੋਂ ਬਿਨਾਂ ਨਹੀਂ ਮਿਲਦੀ। ਸੱਚ ਹੈ,
ਡੱਲਾ ਤੁਰਿਆ ਆਉਂਦਾ ਤੇ ਖਾਲੀ ਹੱਥ ਵਾ ਤੇ ਮਹਾਰਾਜ ਡੱਲੇ ਨੂੰ ਵੇਖ ਕੇ ਕਹਿਣ ਲੱਗੇ ਡੱਲਿਆ ਸਾਡੀ ਕਿਤੇ ਬੰਦੂਕ ਠੰਡੀ ਨਾ ਪੈ ਜੇ ਇਹ ਤੋਂ ਪਹਿਲਾਂ ਪਹਿਲਾਂ ਲਿਆ ਕੇ ਕਿਸੇ ਨੂੰ ਖੜਿਆ ਕਰ ਦੇ ਡੱਲਾ ਆਉਂਦਾ ਮਹਾਰਾਜ ਉਹ ਤੇ ਸਾਰੇ ਮੁੱਕਰ ਗਏ ਤੇ ਮਹਾਰਾਜ ਕਹਿਣ ਲੱਗੇ ਤੂੰ ਤੇ ਆਉਂਦਾ ਸਾਂ ਜੇ ਕਿਤੇ ਮੈਨੂੰ ਚਮਕੌਰ ਦੀ ਗੜੀ ਯਾਦ ਕਰ ਲੈਂਦੇ ਤੇ ਮੈਂ ਦੁਸ਼ਮਣ ਦੇ ਛੱਕੇ ਛਡਾਨਾ ਮੈਂ ਆਹ ਕਰਨਾ ਹੋਏ ਆਹ ਤੇਰੇ ਬੰਦੇ ਆ ਆਂਦਾ ਮਹਾਰਾਜ ਕੀ ਕਰਾਂ ਤੇ ਸਾਰੇ ਮੁੱਕਰ ਗਏ ਆ ਮਹਾਰਾਜ ਕਹਿਣ ਲੱਗੇ ਉਹ ਮੁੱਕਰੇ ਤੂੰ ਤੇ ਨਾ ਮੁੱਕਰਿਆ ਤੂੰ ਸਾਹਮਣੇ ਖਲੋਜਾ ਗੋਲੀ ਤੈਨੂੰ ਮਾਰ ਕੇ ਵੇਖਣੀ ਆ ਗੋਲੀ ਸਿਪਾਹੀ ਵਿੱਚ ਤੇ ਸਰਦਾਰ 'ਚ ਫਰਕ ਨਹੀਂ ਸਮਝਦੀ ਜਦੋਂ ਕਲਗੀਧਰ ਪਾਤਸ਼ਾਹ ਨੇ ਇਹ ਆਖਿਆ ਡੱਲਾ ਹੁਣ ਕਿਤਨਾ ਥਰ ਥਰਾ ਰਿਹਾ ਜਰਾ ਸੁਣੀਏ ਲੈਣਾ ਬਾਈ ਕਲਗੀਧਰ ਕਹਿਣ ਲੱਗੇ ਡੱਲਿਆ ਤੂੰ ਸਾਹਮਣੇ ਹੋ ਜਾ ਗੋਲੀ ਦੇ ਅੱਗੇ ਤੂੰ ਮਰਦ ਛਾਤੀ ਤਾਣ ਖਲੋ ਜਾ ਗੋਲੀ ਦੇ ਅੱਗੇ ਤੂੰ ਮਰਦ ਛਾਤੀ ਤਾਣ ਖਲੋ ਜਾ ਛੱਡ ਅਣਜਲ ਮੁੱਕ ਜਾਂਦਾ ਕੁਦਰਤੀ ਐਸਾ ਗੇੜ ਬਣਾਵੀ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ ਸੁਣ ਬਚਨ ਸਤਿਗੁਰਾਂ ਦਾ ਔਖਾ ਬਣ ਮਤਲਬ ਤੋਂ ਏਦਾਂ ਜਿਉਂਦੇ ਜਾਨੇ ਮਰਨਾ ਖੋਰੇ ਕਿਸ ਗਲਤੀ ਦਾ ਜੀ ਗਲਤੀ ਦਾ ਪੈਣਾ ਹੁਣ ਮੁਰ ਜਾਣਾ ਪਰਨਾ ਖੋਰੇ ਕਿਸ ਗਲਤੀ ਦਾ ਪੈਣ ਹੁਣ ਹਰ ਜਾਨਾ ਪਰਨਾ ਕੀਤੀ ਮੁਛੋਟੀ ਨਾ ਮਿੱਤਰੋ ਵੱਡੀ ਗੱਲ ਪਸਾਵੀ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ ਬਣ ਕੇ ਮਿੱਟੀ ਦਾ ਬੁੱਤ ਰਹਿ ਗਿਆ ਜਿੰਦ ਸੁੱਖ ਵਸਦੀ ਤੇ ਪਰਬ ਤੇ ਆਣ ਦੁੱਖਾਂ ਦਾ ਟਹਿ ਗਿਆ ਜਿੰਦ ਸੁੱਖ ਵਸਦੀ ਤੇ ਪਰਬ ਤੇ ਆਣ ਦੁੱਖਾਂ ਦਾ ਟਹਿ ਗਿਆ ਸਮੰਦਰ ਪਰ ਡੋਲ ਗਿਆ ਲੈਂਦੀ ਫਿਰਦੀ ਬਹੁਤ ਕਲਾਵੇ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ ਡੱਲਾ ਇੰਜ ਸੋਚ ਰਿਹਾ ਜੇ ਨਾ ਬੋਲੇ ਚੱਲ ਜੂ ਗੋਲੀ ਕਿਸੇ ਖਾਤੇ ਪੈਣੀ ਨਾ ਐਵੇਂ ਇੱਥੇ ਜਿੰਦੜੀ ਰੋਲੀ ਕਿਸੇ ਖਾਤੇ ਪੈਣੀ ਨਾ ਐਵੇਂ ਇੱਥੇ ਜਿੰਦੜੀ ਰੋਲੀ ਇਸ ਰੰਗਲੀ ਦੁਨੀਆ ਤੇ ਕਿਹੜਾ ਕੋਣ ਦੁਬਾਰਾ ਲਾਵੇ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ ਸਤਿਗੁਰ ਦੇ ਹੱਥਾਂ ਚ ਤਾਂ ਕੇ ਰਫਲ ਸਮਗਾ ਡੱਲਾ ਕੋਈ ਰਸਤਾ ਸੁਜਦਾ ਨਾ ਕਿਵੇਂ ਜਾਏ ਸੁਣਾਇਆ ਪੱਲਾ ਕੋਈ ਰਸਤਾ ਸੁਜਦਾ ਨਾ ਕਿਵੇਂ ਜਾਏ ਸੁਣਾਇਆ ਪੱਲਾ ਲੈ ਤਰਲੀ ਅਮਰ ਸਿਆ ਚੌਧਰੀ ਜ਼ਿੰਦਗੀ ਪਿਆਪਕ ਛਾਵੀ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ ਉਦੋਂ ਤੋੜੇ ਵਾਲੀਆਂ ਬੰਦੂਕ ਹੋਇਆ ਕਰਦੀਆਂ ਸੀ ਤੇ ਅੱਗ ਰੱਖਿਆ ਬਾਅਦ ਚੱਲਿਆ ਕਰਦੀਆਂ ਸੀ ਉਹ ਧੂੰਆਂ ਨਿਕਲ ਰਿਹਾ ਸੀ ਡੱਲੇ ਨੇ ਵੇਖਿਆ ਵੀ ਇਹਨੇ ਹੁਣ ਭੱਜਿਆਂ ਵੀ ਨਹੀਂ ਜਾਣ ਦੇਣਾ ਤੇ ਖਲੋਤਿਆਂ ਵੀ ਮਾਰ ਦੇਗਾ ਡੱਲਾ ਹੱਥ ਜੋੜ ਕੇ ਖਲੋ ਗਿਆ ਆਂਦਾ ਮਹਾਰਾਜ ਮਰਨ ਨੂੰ ਮੇਰਾ ਵੀ ਜੀ ਕਰਦਾ ਵਾਹਿਗੁਰੂ
महाराज अजे जान बड़ी प्यारी लगती है। सतगुरु कहन लगे फिर ओ पिछे होके बह जा, तेनू अजे जोड़े झड़न की लोड़ आ, सिखा नू वेख के एवे मखौल नहीं करीदा हुंदा, तेनू पता नहीं इन्हों पाटिया कपड़े वाले दे विच की आ, ते जे तू वेखना ना बार एक सिंगा दा छौना ही किसे एक नू आखी भी गुरु गोबिंद सिंह ने रफल परखनी आ, ते फिर ओ तो बाद तू अपनी अखां दे नाल सब कुछ वेख लेगा। दल्ला बार गया, दो सिख भाई वीर सिंह ते तीर सिंह दमे प्यो पुत्र सी, उन्हां दा स्थान दमदमा साहब की धरती ते उत्थे बनिया होया, कदे वेख्यो जिथे महाराज दवान सजाया करदे सी, दमे दस्तारा सजा रहे सी, जदों डल्ले ने आख्या ना गुरु साहब ने रफल परखनी ते एक सिख नू अपने दरबार सतगुरां ने बुलाया ते गोली मार के वेखनी आ, अद्धियां दस्तारां बच चुकियां सी ते अद्धियां जे हथ च ही फड़ियां सी, दौड़ के दवे महाराज दे दरबार च आके खलो गए, छातियां ताण के खलो गए, पिछला धक्का मार के अगले नू पिछे कर दो, पहलो आवाज मैं सुनी सी, गोली मैनू वजनी चाहीदी आ, दूजा दा मैं तेरे तो पहला इत्थे पहुंचा सा, निशाना गुरु साहब का मैनू वजना चाहिए। एक दिन तो अड्डियां चुक रुक के वेख रहे, जदों गुरु साहब ने इतना करदिया वेख्या ना, तो महाराज ने नाली थोड़ी जी तह नू करके ते गोली चलाती, दवे नीवियां पा के खलोते आ, सतगुरु तख्त तो उतर के थले आ जाते आ। जदों सिख गुरु नाल अपना प्यार नभाउंदा ना, तो गुरु फिर तख्त छड के सिख कोल फर्श ते आ जाता, दवां नू गल वकड़ी च लै लिया, दवां ने अपने मोढे सत जे सिर मोढ़ियां दे नाल लाए हुए आ, जार जार रोई जा रहे आ, महाराज कोई गलती हो गई सी किते गोली सीधी चल जांदी, महाराज पता नहीं किन्ने क जन्म उतर लगने आ, ते महाराज तुसी ते मिंटा च मुक्त कर देना सी। महाराज कहन लगे नहीं सिंगो, तुसी मौत विच्चों नंघ गए, तुसी मुक्ते जे, ते डल्ला वेख के हैरान हो ही जा रहा कि ये किस मिट्टी दे बने हुए आ, ते महाराज दे चरण फल ले, सतगुरु कहन लगे डल्लिया जिन्हां नू तू आना सा ना भी ये औरंगजेब दा की बिगाड़नगे, डल्लिया उही आ जिन्हां दी गिणती चमकौर दी गढ़ी च 40 सी, जिन्हां ने ठंडियां रातां च मेरा साथ नहीं छड्डिया, भुखण भाणे मेरा साथ दिंदे रहे आ। मैं बेनती करा सिखो, दुनिया दियां लोड़ां मनुख दियां चीजां दुनिया दियां चीजां मनुख दियां लोड़ां हन, पर वेखो इन्हां लोड़ां ने साडा अजे तक कोई सवारिया कोई मानू धीर जाया, जिस करके असी सिखी नू तलांजली देती आ, वेखो सिखी छड के सानू कोई अजे तक सुख मिलिया, जे ते अपने आत्मा तो सुनोगे तो आवाज इको आएगी भी बड़े सुखां दे साधन जिंदगी च कठे कीते आ, पर मानू तीर ते ना कोई चैन ना कोई टिकाई अजे तक आई आ, ते जे अपने तुसी मन तो पुछोगे उत्थों ते फिर जो मर्जी सुन लिओ तां उह सुण जूगे तुहानू। गुरु कृपा करे बड़े चावां ते सदां दे नाल तुसी इह महाराज दी सुंदर इमारत बनाई आ, ते मैं बेनती करूँ सिख कौम दे प्रचारक होण दे नाते भी इस इमारत दे विच इस सुंदर महल दे विच गुरु महाराज दे दरबार विच जिस तरह अज सजे जे ना एक वरा धन गुरु ग्रंथ साहब के 24 घंटे च आके दर्शन कर दिया करो, एक रहा दर्शन महाराज नू आके मत्था टेकया करो, जिस तरह मोर दे अखर पुठे होंदे आ ना जदों कागज़ ते लगदे हो सीधे हो जांदे आ, गुरु कईआं कईआं जन्मां दे जिहड़े उह पाप मेट के रख दिंदा जदों महाराज दे दर्शन करीदे आ ते आके नमस्कार करीदे आ। गुरु कृपा करे, आओ मैं एक कविता जिन्हों तुसी बहुत मान दिता, समा तो 11:15 का हो गया पर तुसी इतना बैठे जितना 8 बजे होंगे जे, गुरु कृपा करे तुहाडे मना विच चाह है ते गुरु ने सच्चे पातशाह ने तुहानू किड्डा सुंदर ये स्थान जो बख्शा मेरा पातशाह, इसे तरह चढ़दी कला दे नाल तुहाडा एकता ते इतफाक बनिया रहे ते तुसी होर बुलंदियां ते पहुँचो। आओ मैं लैणा तुहाडे सामने ओ जफरनामा कलगीधर पातशाह महाराज जी ने जेड़ा औरंगजेब बादशाह नू लिखिया सी। औरंगजेब बादशाह
किन्ना खूनी बादशाह जिन्हें अपने तिना भरावां दा कतल किया, अपनी भैन नू गुतो फड़ के जेल च पाया ते सारी उम्र जेल चक्की पीसती मर गई, सरमद वर्गे पखीरां दा कतल किया, अपने प्यो नू शाहजहां नू बिना प्याले पानी तो जेल विच प्यासियां मारिया, ते गुरु तेग बहादुर साहब ते कितना उन्हें जलालोद्दीन जलाद दे कोलों तलवार चलाई। गुरु गोबिंद सिंह सच्चे पातशाह दे चार पुत्र अपने जरनेलों तो शहीद करवाए, ते महाराज कहन लगे औरंगजेब तू मेरे चार पुत्र शहीद करके आना भी मैं इनू खत्म करता, ओए अजे मेरा कुंडलिया सप खालसा जिउंदा जेड़ा तेरे पैरां थले अग विछा के रख देगा। वाह वाह। भाई मान सिंह ने आख्या महाराज इन्ना दुष्ट पापी ये मरेगा कि तरह, महाराज जरनेलां नूं भेजदा सिपाहियां नूं भेजदा तुहाडे सामने आप नहीं आउंदा, ते मेरे कलगी धर मुस्करा के कहन लगे भाई मान सिंह ओ जे कह ते अपनी कलम दे नाल दा खात्मा कर दिए। वाह वाह। हुण ओ जिहड़ी महाराज दी कलम चल रही है दीने कांगड़ दे मकाम ते बह के, पहले मरने अकाल पुरख दी उस्तत विच लफ्ज लिखे आ कमाले करामात कायम करीम रजा, रजा बख्श राज करहा को रहीम, 111 शेर इस चिट्ठी विच लिखे सी, जफर तो भाव जित ते नामे तो भाव चिट्ठी, जित दी चिट्ठी जिहड़ी मन लिखी सी भाई दया सिंह ओनू नमस्कार करके ते अपने दमाले विच सजाली सी वाहिगुरू, ते ओनू सिंह पलंगे ते बिठा के रंगाबाद तक लैके गए सी, पिंडो पिंड सेवादारां दी ड्यूटी लगी सी। ਜਦੋਂ ਉਹ ਔਰੰਗਜ਼ੇਬ ਨੇ ਜਫਰਨਾਮਾ ਪੜ੍ਹ ਲਿਆ ਨਾ, ਸਿੱਖੋ ਫਿਰ ਉਹ ਮੰਜੇ ਤੋਂ ਉੱਠ ਨਹੀਂ ਸਕਿਆ, ਕਿਉਂਕਿ ਮਨ ਨੇ ਬੋਲ ਇਹੋ ਜਿਹੇ ਲਿਖੇ ਸੀ ਉਹ ਔਰੰਗਜ਼ੇਬ ਉਹ ਤੂੰ ਮੇਰੇ ਉਹਨਾਂ ਚਾਲੀਆਂ ਤੇ 10 ਲੱਖ ਚੜ੍ਹਤਾ ਜਿਨ੍ਹਾਂ ਦੇ ਪੈਰਾਂ ਵਿੱਚ ਜੋੜਾ ਨਹੀਂ, ਵਾਹਿਗੁਰੂ, ਬੰਦੂਕਾਂ 'ਚ ਬਰੂਦ ਨਹੀਂ ਤੇ ਪੇਟ 'ਚ ਰੋਟੀ ਨਹੀਂ, ਤੇ ਤੂੰ ਮੈਨੂੰ ਦੱਸਿਆ ਵੀ ਨਹੀਂਗਾ, ਤੈਨੂੰ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਸੀ। गुरशने चे कारे कुंद चेल नारक के दे लके आए बरियायद बरो बेखबर बेखबर औरंगजेब तेनु शर्म होनी चाहिए सी, तू 10 लाख चढ़ता ही तेरे वड़े वड़े जरनैल चढ़ के आए नार खर वर्गे, चुदीदन के नाहर बयामत बयंग चुशीदन जके तीर तन बेद रंग, मेरा एक तीर वजा तेरा जरनैल लूच डुब गया, दूजा छड़िया वह भी सदा दी नींद सो गया, एक तेरा बड़ा हंकारिया जरनैल ख्वाजा मरदूद अली, दरेगा अगरो रू में दरेगा अगरो रूए दीद में बयक तीर लाचार बकशीद में, अफसोस तेरा वो जरनैल ता नहीं होया, जे कि पौड़ी तो ता होंदा ना, एक तीर मैं उन्हों भी बख्श देना सी। सच है कलगी तर पातशाह महाराज जेड़े वो बोल लिखे ना, जदो औरंगजेब ने पढ़ ले ना महाराज दे बोल, सिखो शरीर की सदा खत्म हो गई, उठन दा बल नहीं मंजे तो रह गया, इन्ना शर्मशार होया ओ जफरनामा ते पढ़ लिया, ओ दे थले लिखिया सी बोल वाहेगुरु जी का खालसा वाहेगुरु जी की फतेह फतेह, ते औरंगजेब शर्म दा मारा कहिंदा नहीं सी, ते महाराज कहन लगे जेड़े खालसे नू तू मकाउंदिया सारा तेल लाता ही ना, ए तेरे असी मूहों घोना तेरी मौत ता होनी आ, शर्मदा मारा कहिंदा नहीं सहकी जा रहा सी, जान नहीं सी निकलदी, कोई सियाणा मौलवी काजी जेड़ा गुरु घर की अजमत नूं जानदा सी उन्हें आख्या हुण कह दे वाहिगुरु जी का खालसा वाहिगुरु जी की फतेह, वो तेरी जान सौखी निकल जूगी, उदों ते एक रंगा सी ना हुण कई रंगे जेड़े सिखी नूं मकाउणा चाहुंदे आ, पर खेड़ा इन्हां दा भी वाहिगुरु जी का खालसा ते वाहिगुरु जी की फतेह कह के छुटना होए, रंगे दा नहीं छुटिया, किहड़े बाग दी मूली आ, जेड़ा गुरु गोबिंद सिंह ने खालसा साजिया ना, कई आंदे सिखी खत्म हुंदी जा रही आ, बिलकुल साडे खात्मा सिखी दा हुंदा जा रहा, पर गुरु के सिखो सिखी ते उदों ना खत्म होई जदों इन्हां दा 80-80 रुपये मुल सी, ਓਏ ਉਦੋਂ ਨਾ ਖਤਮ ਹੋਈ ਜਦੋਂ 34,000 ਕੋਪਰ ਹੀੜੇ ਦੇ ਮੈਦਾਨ 'ਚ ਇੱਕੇ ਦਿਨ ਸ਼ਹੀਦ ਕਰਤਾ, ਇਹ ਉਦੋਂ ਨਾ ਖਤਮ ਹੋਏ ਜਦੋਂ 18 ਸਾਲ ਤੋਂ 38 ਸਾਲ ਦਾ ਨੌਜਵਾਨ ਗੱਭਰੂ ਪੰਜਾਬ ਛੱਡਿਆ ਨਾ, ਅਤੇ ਹੁਣ ਤਾਂ ਦੇਸ਼ਾਂ ਵਿਦੇਸ਼ਾਂ 'ਚ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਚੜ੍ਹਦੀ ਕਲਾ ਨਾਲ ਫੈਲ ਰਹੀ ਆ,
मैं ना जदों दुनिया से कोई भी कौम नहीं ना होगी हाँ। गुरु गोबिंद सिंह का खालसा उदों भी चढ़ती कला विच रहेगा। सत श्री अकाल। क्योंकि महाराज दे बचन खालसा अकाल अकाल पुरख की फौज प्रगटियो खालसा परमात्मा की मौज मौज जेदा जन्मी खंडे दी तार विच होया है उन्हें मारेगा कौन। वाह वाह। मैंने इन्हें आख्या है 1,25,000 से एक लड़ाऊं तब है गोबिंद सिंह नाम कहाऊं चिड़ियों से मैं बाज तड़ाऊं गिद्दड़ों से मैं शेर मराऊं तब है गोबिंद सिंह नाम कहाऊं। एक एक बोल रंगे नू कितना डंगी जा रहा है जरा सुनिए सके भरावां दी जोड़ी इंज बयान कर रही है। एन पुमसक सल्तनत दे बादशाह रंग दे तू पलंदा झूठ दाते तू है बंदा परफुरे ओ रब जाने तेरिया कसमा दी किन्नी किस्म है झूठ दी है रू तेरी दे झूठ दा ही जिस्म है। मैं शुरू कर दा हाँ चिट्ठी अपनी दा सिलसिला वेख मेरे लिखदा हा पहला हरप में तीर वांगू मारदा हा हरप तेरी तरप में। नाम तेरे दा अर्थ है सुंदर सजावट तख्त दी पर तेरी सूरत है लगदी सितम कर कमबख्त दी ओ तेरी तस्वीर देने मन के कैद खानी मौत दे डंडिया दे नाल कटे अर्थ तू डंडोत दे तेरी कड़वी कमीनी बदल आदी भावना हुण ए चौदी जोर गुर गो बिंद दा जमावना हो मैं तेरे पैरां दे हेठा अक ऐसी जिसने तेरी सल्तनत ते पादशाही कलनी की होया दे शेर दे बच्चे तुम्हारे गिद्दड़ा की होया दे शेर दे बच्चे तुम्हारे गिद्दड़ा की होया दे लेत तू फिर दा फुंडाई लिद्दड़ा ओ चोख चुकियां तू कसमा मर गया तेरिया पंजे नवाचा नुक लगत कर गया। सुनावा किस तरह कर दे नयोदे गुफ्तगो आव खावा किस तरह लड़ दे ने जंगा जंग जो ओ जग दे मैदान बिच फौजा सजाइया होके अमो सामने टेका उठाइया चांदिया जे न फौजा न लड़ाउना चाहुण यो दे शकरे जे न फौजा न लड़ाउना चाहुण यो दे शकरे दोहा तेरा दे सूर में जरनेल कर दे टकरे ओ तू ही ये आज मेरे रूबरू मैं लड़ागा जंग ओसे ही तरह दी हुब हो खुदा दे मुर्जमा तू बादशाह मरदूद है वाह वाह अपनी ही आग अंदर सड़ रहा नमरूद है ओ अपना वा रब दी तहरीज अड़पण आव खावा रब दी रहमत दा सलवा सालमा सुनियो बाले बादशाह वक्त दी आवाज है सुनियो बाले बादशाह
वक्त दी आवाज है खालसे दी इस तबाही विच भी कोई राज है ओ इतबाही है हुई उजड़े वसावन वास्ते इतबाही है हुई रोंदे हसावन वास्ते जो है किता तेरिया फौजा गड़ी चमकौर विच बुझ दिली नी उस तो वड्डी है कोई इस दौर विच फुटिया जा तीर मेरे ने खाण नार खाण नू सम तेरे जरनेल फिर दे सील को दे जान नू कट गए तेरे हजारा से सपाही कट गए डट गए मेरे लड़ाके संग चाली डट गए ओ तेरा खवाचा जो मर दूध बड़ा सूरमा जे ना लुकदा उस दा में कुट दिंदा चूर ਉਸਨੂੰ ਕੀ ਫਿਕਰ ਜਿਸਦਾ ਰੱਬ ਪੈਰੇਦਾਰ ਹੈ ਓ ਤੂੰ ਹਵਾ ਵੀ ਨਹੀਂ ਛੂ ਸਕਦਾ ਗੋ ਪਿੰਤ ਦੀ ਬਸ ਭੁਗ ਨਿਕਲੀ ਹੀ ਸਮਝੋ ਬਾਦਸ਼ਾਹੀ ਹਿੰਦ ਦੀ ਚਾਤਰ ਪੇੜੀਏ ਤੈਨੂੰ ਮਰਨ ਦੀ ਲਾਲਸਾ ਮੈਂ ਤੇਰੇ ਪਿੱਛੇ ਲਗਾਉਣਾ ਸ਼ੇਰ ਬੱਬਰ ਖਾਲਸਾ ਓ ਸੱਚ ਦਾ ਝੰਡਾ ਮੈਂ ਤੇਰੇ ਤਖਤਾਂ ਉੱਤੇ ਤੱਟ ਕੇ ਰਾਉਲੀ ਕਾ ਗਾਣਾ ਇੱਕ ਤੀਰ ਆਪਣਾ ਛੱਡ ਕੇ ਇੱਕ ਤੀਰ ਆਪਣਾ ਛੱਡ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੁਹਾਡੀ ਕਲਮ ਵਿੱਚ ਇੰਨੀ ਤਾਕਤ ਤੁਹਾਡੀ ਤਲਵਾਰ ਵਿੱਚ ਕਿੰਨੀ ਹੋਏਗੀ ਵਾਹਿਗੁਰੂ ਜਿਹਨੇ ਕਲਮ ਦੇ ਨਾਲ ਹੀ ਵੈਰੀ ਦਾ ਖਾਤਮਾ ਕਰ ਦਿੱਤਾ ਗੁਰੂ ਕਿਰਪਾ ਕਰੇ ਐਸੇ ਗੁਰੂ ਦੀ ਸਿੱਖੀ ਧਾਰਨ ਕਰੀਏ ਸਵਾਸ ਸਵਾਸ ਉਹਦਾ ਧੰਨਵਾਦ ਅਤੇ ਸ਼ੁਕਰਾਨਾ ਕਰਿਆ ਕਰੋ ਗੁਰੂ ਕੇ ਸਿੱਖੋ ਮੈਂ ਸਾਰੀਆਂ ਸੰਗਤਾਂ ਨੂੰ ਇੱਕ ਸਿੱਖ ਕੌਮ ਦੇ ਪ੍ਰਚਾਰਕ ਹੋਣ ਦੇ ਨਾਤੇ ਬੇਨਤੀ ਵੀ ਕਰ ਦੂੰਗਾ ਇੱਥੇ ਇੱਕ ਫੋਟੋਗ੍ਰਾਫਰ ਸੀ ਉਹਨੇ ਜਰਾਬਾਂ ਪਾਈਆਂ ਮੈਂ ਆਖਿਆ ਹੋਰ ਵੀ ਕਿਸੇ ਜਰਾਬਾਂ ਪਾਈਆਂ ਆਉਂਦਾ ਮੈਂ ਭੁੱਲ ਕੇ ਪਾ ਕੇ ਆ ਗਿਆ ਅਤੇ ਜਿੰਨਾ ਸੁੰਦਰ ਤੁਸੀਂ ਸਥਾਨ ਬਣਾਇਆ ਨਾ ਇਹਨੂੰ ਇਸੇ ਤਰ੍ਹਾਂ ਸੁੰਦਰਤਾ ਦੇਣੀ ਆ ਕਦੀ ਭੁੱਲ ਕੇ ਵੀ ਜਰਾਬਾਂ ਪਾ ਕੇ ਮਹਾਰਾਜ ਦੇ ਦਰਬਾਰ 'ਚ ਨਹੀਂ ਆਉਣਾ ਸੰਤ ਮਹਾਂਪੁਰਸ਼ ਇੱਕ ਤੁਹਾਨੂੰ ਮੈਂ ਬਚਨ ਸੁਣਾ ਦਿਆਂ ਸੰਤ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਥਾ ਕਰ ਰਹੇ ਸੀ ਪਟਨਾ ਸਾਹਿਬ ਵਿਖੇ ਅਤੇ ਹਿੰਦੁਸਤਾਨ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜਰਾਬਾਂ ਪਾ ਕੇ ਆ ਗਿਆ ਅਤੇ ਮਹਾਂਪੁਰਸ਼ ਕਥਾ ਕਰ ਰਹੇ ਸੀ ਉਹਨਾਂ ਦਾ ਜਦੋਂ ਖਿਆਲ ਗਿਆ ਨਾ ਅਤੇ ਕਥਾ ਨੂੰ ਵਿਸ਼ਰਾਮ ਦੇ ਕੇ ਕਹਿਣ ਲੱਗੇ ਜੈਲ ਸਿੰਘਾ ਤੇਰੇ ਨਾਂ ਦੇ ਨਾਲ ਗਿਆਨੀ ਲੱਗਦਾ ਅਤੇ ਤੈਨੂੰ ਇੰਨਾ ਗਿਆਨ ਨਹੀਂ ਵੀ ਮਹਾਰਾਜ ਦੇ ਦਰਬਾਰ 'ਚ ਆਈਦਾ ਕਿਸ ਤਰ੍ਹਾਂ ਜਰਾਬਾਂ ਜੋੜਿਆਂ ਦਾ ਦੂਜਾ ਰੂਪ ਹੁੰਦੀਆਂ ਅਤੇ ਜੈਲ ਸਿੰਘ ਵਾਪਸ ਮੁੜ ਗਿਆ ਜਰਾਬਾਂ ਲਾ ਕੇ ਪੈਰ ਧੋ ਕੇ ਆਉਂਦਾ ਗੁਰੂ ਕੀ ਸੰਗਤ ਮੈਂ ਮਹਾਰਾਜ ਦੇ ਪਾਵਨ ਤਖ਼ਤ 'ਤੇ ਜਰਾਬਾਂ ਪਾ ਕੇ ਆ ਗਿਆ ਸਾਂ ਮੇਰੀ ਭੁੱਲ ਨੂੰ ਇੱਥੇ ਹੀ ਮਾਫ਼ ਕਰ ਦਿਓ ਇਹ ਕੋਈ ਸੰਤ ਹੀ ਕਹਿ ਸਕਦਾ ਗੁਰੂ ਕਿਰਪਾ ਕਰੇ ਅਤੇ ਗਲਤੀਆਂ ਵੀ ਬਹੁਤੀਆਂ ਲੀਡਰ ਕਰਦੇ ਅਤੇ ਬਹਿੰਦੇ ਵੀ ਗਾੜੀ ਆ ਪਰ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਭਾਉ ਹੋਵੇ ਨਾ ਉਹ ਫਿਰ ਕਦੇ ਲੀਡਰਾਂ ਤੋਂ ਨਹੀਂ ਡਰਦੇ ਇਸ ਕਰਕੇ ਮੈਨੂੰ ਆਸ ਆ ਵੀ ਜੋ ਸੁਣਿਆ ਤੁਸੀਂ ਉਹਦੇ ਉੱਤੇ ਅਮਲ ਜ਼ਰੂਰ ਕਰੋਗੇ ਕਿਤੇ ਉਹ ਨਾ ਹੋਵੇ ਮੈਨੂੰ ਇੱਕ ਗੱਲ ਚੇਤੇ ਆ ਗਈ ਆਂਦੇ ਕਿਸੇ ਚੋਰ ਨੇ ਕਿਸੇ ਦਾ ਘੋੜਾ ਚੋਰੀ ਕਰ ਲਿਆ ਅਤੇ ਚੋਰ ਘੋੜਾ ਚੋਰੀ ਕਰਕੇ ਲਈ ਆਉਂਦਾ ਸੀ ਰਸਤੇ 'ਚ ਮੰਡੀ ਲੱਗੀ ਸੀ ਫੁਰਨਾ ਬਣਿਆ ਹੋਇਆ ਘੋੜਾ ਵੇਚ ਲਾਂ ਕਿਤੇ ਪਕੜਿਆ ਨਾ ਜਾਵਾਂ ਚੋਰੀ ਦਾ ਘੋੜਾ ਪੁਲਿਸ ਬਹੁਤ ਮਾਰੂਗੀ
ਘੋੜਾ ਵੇਚਣ ਚਲੇ ਗਿਆ, ਗਾਹਕ ਬੜੇ ਲੱਗਣ ਪਰ ਸੌਦਾ ਕਿਸੇ ਨਾ ਉਹਦਾ ਬਣੇ ਨਾ। ਇੱਕ ਗਾਹਕ ਬੜਾ ਤੇਜ ਆਇਆ, ਉਹਨੇ ਆਖਿਆ ਉਹ ਘੋੜਾ ਵੇਚਣਾ ਹੀ ਆਂਦਾ, ਵੇਚਣ ਵਾਸਤੇ ਮੰਡੀ 'ਚ ਆਏਗੇ। ਉਹਨੇ ਆਖਿਆ ਜਿੰਨੇ ਪੈਸੇ ਆਖੇਗਾ ਮੈਂ ਤੈਨੂੰ ਉਹਨੇ ਦਊਂਗਾ, ਪਰ ਮੇਰੀ ਇੱਕ ਸ਼ਰਤ ਵਾ। ਉਹਨੇ ਆਖਿਆ ਕੀ ਸ਼ਰਤ ਆ? ਆਂਦਾ ਸ਼ਰਤ ਮੇਰੀ ਇਹ ਆ ਵੀ ਮੈਂ ਪਹਿਲੋਂ ਘੋੜੇ 'ਤੇ ਸਵਾਰੀ ਕਰਕੇ ਵੇਖੂੰਗਾ ਵੀ ਘੋੜਾ ਕਿਤੇ ਸਵਾਰ ਨੂੰ ਸੁੱਟ ਨਹੀਂ ਦਿੰਦਾ। ਉਹਨੇ ਆਖਿਆ ਠੀਕ ਆ। ਉਹਨੇ ਘੋੜੇ ਦੀ ਲਗਾਮ ਫੜਾਤੀ, ਉਹਨੇ ਰੱਖਿਆ ਰਕਾਬੇ ਪੈਰ, ਮਾਰੀ ਪਲਾਕੀ, ਟਰਾਈ ਲੈਣ ਗਿਆ ਤੇ ਮੁੜ ਕੇ ਆਇਆ ਹੀ ਨਾ। ਵਾਹਿਗੁਰੂ। ਉਹ ਚੋਰ ਵੇਖੇ ਵੀ ਮੁੜਿਆ ਕਿਉਂ ਨਹੀਂ ਗਾ। ਜਦੋਂ ਵਾਹਵਾ ਸਾਰਾ ਸਮਾਂ ਬੀਤ ਗਿਆ ਨਾ, ਲਾਗੋ ਇੱਕ ਮਿਲੇਗਾ, ਪੁੱਛਦਾ ਘੋੜਾ ਵੇਚ ਲਿਆ ਹੀ? ਆਂਦਾ ਵੇਚ ਲਿਆ। ਆਂਦਾ ਘੋੜਾ ਨਸਲ ਵਾਲਾ ਸੀ, ਪੈਸੇ ਚੰਗੇ ਵੱਟੇ ਗਏ ਹੋਣੇ ਆ, ਭਾਅ ਚੰਗਾ ਮਿਲ ਗਿਆ ਹੋਣਾ। ਆਂਦਾ ਭਾਅ ਭੂ ਤੇ ਕੋਈ ਖਾਸ ਨਹੀਂ ਮਿਲਿਆ, ਜਿੰਨੇ ਦਾ ਲਿਆਂਦਾ ਸੀ ਉਹਨੇ ਦਾ ਹੀ ਦੇਤਾ। ਕਿਤੇ ਨਾ ਅਸੀਂ ਛਕ ਛਕਾ ਕੇ ਉਤਰਾ ਚਲ ਜਾਈਏ, ਜੋ ਤੁਸੀਂ ਸੁਣਿਆ ਉਹਦੇ ਤੁਸੀਂ ਅਮਲ ਕਰੋਗੇ। ਸਾਰੀਆਂ ਸੰਗਤਾਂ ਦਾ, ਸਰਦਾਰ ਕੁਲਵੰਤ ਸਿੰਘ ਦਾ, ਇੱਥੋਂ ਦੇ ਸਮੂਹ ਪ੍ਰਬੰਧਕ ਜਨਾਂ ਦਾ, ਵੀਰ ਸੰਨੀ ਜੀ ਦਾ, ਜਿਹਨੇ ਬੜੀਆਂ ਮਿੱਠੀਆਂ ਗੋਲੀਆਂ ਦਿੱਤੀਆਂ। ਸਾਡਾ ਅੱਜ ਸਮਾਂ ਨਹੀਂ ਸੀ। ਆਂਦਾ ਤੁਹਾਨੂੰ ਇੱਕ ਮਿੰਟ 'ਚ ਘੰਟੇ ਜਹਾਜ਼ ਨੇ ਇੱਥੇ ਪੜਾ ਦੇਣਾ ਅਤੇ ਅੱਗੇ ਉਹ ਤੁਹਾਨੂੰ ਲੈ ਆਉਣਾ। ਉਹ ਜਹਾਜ਼ ਉੱਥੇ ਚੰਡੀਗੜ੍ਹ ਰਹਿ ਗਿਆ, ਇਸ ਕਰਕੇ ਨਾ ਸਾਨੂੰ ਫਿਰ 2 ਵਜੇ ਤੁਰੇ ਹਾਂ ਅਤੇ ਸਵੇਰੇ ਫਿਰ ਮਲੇਰਕੋਟਲੇ ਅਤੇ ਅੰਮ੍ਰਿਤਸਰ 2 ਦੀਵਾਨ, ਇਸ ਕਰਕੇ ਉਹਨਾਂ ਦੀ ਹੋਰ ਵੀ ਹੁਕਮ ਸੀ। ਪਰ ਮੈਂ ਧੰਨਵਾਦ ਕਰਦਾ ਇੱਥੋਂ ਦੀਆਂ ਸੰਗਤਾਂ ਦਾ, ਐਡੀ ਦੂਰ ਤੋਂ ਸਾਨੂੰ ਤੁਸੀਂ ਯਾਦ ਕੀਤਾ। ਮਾਤਾਵਾਂ ਦਾ ਧੰਨਵਾਦ, ਭੁੱਲ ਚੁੱਕ ਦੀ ਮਾਫ਼ੀ, ਨਵੀਂ ਇਮਾਰਤ ਦੀ ਤੁਹਾਨੂੰ ਸਵਾਸ ਸਵਾਸ ਵਧਾਈ ਹੋਵੇ। ਸਾਉ ਚੜ੍ਹਦੀ ਕਲਾ ਦਾ ਜੈਕਾਰਾ, ਖੁਸ਼ੀਆਂ ਦਾ ਜੈਕਾਰਾ, ਪੁਰਾਤਨ ਸਿੰਘਾਂ ਵਾਲਾ ਜੈਕਾਰਾ, ਤੇ ਸਾਡੀ ਆਵਾਜ਼ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਏ ਭਾਈ। ਘਰ ਜਾਵੇ, ਨਿਆਣ ਹੋ ਜਾਵੇ, ਸਤਿ ਸ੍ਰੀ ਅਕਾਲ। ਚਿੱਟਿਆਂ ਬਾਜਾਂ ਮਾਰਿਆ ਸਤਿਗੁਰੂ, ਰੱਖਿਆ ਬਿਰਦ ਬਣੀ ਦੀ ਲਾਜ, ਚਿੱਤਾ ਗੁਪਤਾ ਛੀਦੋ ਸਿੰਘਾ, ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤ ਸ੍ਰੀ ਅਕਾਲ। ਲਾਡਲੀਆਂ ਫੌਜਾਂ ਦੇ ਮਾਲਕੋ ਸਤਿਗੁਰੂ, ਫੌਜਾਂ ਰੱਖਿਆ ਤਿਆਰ ਮਰ ਤਿਆਰ, ਤੇਰਾ ਖਾਲਸਾ ਜੱਪੇ ਸਦਾ ਕਾਲਿਆ ਕਾਲਿਆ ਕਾਲ, ਤੇਗ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।